ਦਾਸ ਹੱਥ ਬੰਨ ਕੇ ਤਿਉਂਦਾ ਪ੍ਰਮਾਤਮਾ ਨੂੰ ਰੰਗਲੇ ਦਿਮਾਗ ਚ ਜਗਾ ਦੇ ਨਵੀਂ ਬੈਟਰੀ ਵੇਦ ਤੇ ਗ੍ਰੰਥ ਲਿਆ ਕੇ ਵਾਚ ਲੈ ਅਨੇਕਾਂ ਮੈਂ ਤਾਂ ਪੜ ਲਏ ਬਥੇਰਾ ਅਲਜਬਰਾ ਜੁਮੈਟਰੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ੁਬਾਨ ਸਿੱਖੀ ਲਾਇਕ ਪ੍ਰੋਫੈਸਰਾ ਸਿਖਾ ਦੇ ਐਸੀ ਲੈਟਰੀ ਬਾਬੂ ਜੀ ਤੇ ਮੇਰ ਕਰੋ ਆਪਣਾ ਸਮਝ ਬੱਚਾ ਆ ਜੇ ਨਵੀਂ ਰਚਣੀ ਪੰਜਾਬੀ ਦੀ ਪੋਏਟਰੀ ਸੌ ਸੌ ਪ੍ਰਣਾਮ ਰਚਿਆ ਰੰਗਲਾ ਜਹਾਨ ਜੀ ਨੇ ਪੰਜ ਵੇਲੇ ਸੀਸ ਮੈਂ ਨਿਵਾ ਕਰਾਂ ਸੱਚੇ ਨੂੰ ਯਾਦ ਫੇਰ ਜੀ ਦੀ ਬਿੰਦ ਜੀ ਦੀ ਕੁੱਖ ਚੋਂ ਜਨਮ ਲੈ ਲਿਆ ਸੁਰਗ ਮਿਲਣ ਮਾਂ ਪਿਤਾ ਦਾ ਕਰਾਂ ਧੰਨਵਾਦ ਤੀਸਰਾ ਨੰਬਰ ਜਿਹੜਾ ਵਿੱਦਿਆ ਪੜ੍ਹਾਉਣ ਵਾਲਾ ਕਾਗ ਤੋਂ ਹਨਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਦੋ ਫਲਾਵਰ ਦੀਵਾਨ ਵਿੱਚ ਚੁਗ ਲੈਣ ਕਵੀ ਪ੍ਰਚਾਰਕ ਸਨਤ ਸਾਦ ਦਸ ਅਵਤਾਰਾਂ ਦੀ ਕਰਾਂ ਸਿਫਤ ਲਗਾ ਕਰੀ ਜਾ ਵਿਦਿਆ ਹੋ ਗਏ ਜਗਤ ਚੋਂ ਬੀਜ ਧਰਮ ਦਾ ਬੀਜ ਸੋਹਣੀ ਲੱਗਦੀ ਮਜਲਸ ਸਿਆਣੀ ਸੁਣ ਲਓ ਗੁਰੂ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲਾਖ ਬਣਾਈ ਤਰਦੇ ਐ ਆਪ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਦਿਸਣੇ ਲੱਗਦੇ ਸੁਰਖ ਘੜੀ ਵਿੱਚ ਦਿਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਸੋਹਣੀ ਲੱਗਦੀ ਮਜਲਸ ਸਿਆਣੀ ਸੁਣ ਲਓ ਗੁਰੂ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲਾਗ ਬਣਾਈ ਤਰਦੇ ਐ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਦਿਸਣੇ ਲੱਗਦੇ ਸੁਰਖ ਘੜੀ ਵਿੱਚ ਦਿਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਮੁਖ ਜੋ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ
ਇੱਕ ਹਫਤੇ ਵਿੱਚ ਆਦੇ ਸਾਰੀ ਸਮਝ ਹਿਸਾਬੀ ਨੂੰ। ਹੋ ਪੈ ਗਿਆ ਕਾਲ ਖੁਸ਼ਕ ਪਈ ਧਰਨੀ, ਲੋਕੀ ਆ ਕਰ ਲੱਗ ਗਏ ਚਰਨੀ, ਵਰਖਾ ਤੁਰੰਤ ਸਮਾਨੋ ਵਰਨੀ, ਲੱਗ ਗਈ ਮੌਜ ਫਹਾਰਾ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾ ਦੀ। ਉਹ ਤੀਜੇ ਅਮਰਦਾਸ ਦੇ ਚਿਹਰੇ ਕਰਤੇ ਚਾਨਣ ਚੱਕਤੇ ਨੇਰੇ, ਪਿਛਲੀ ਰੀਤ ਹਟਾ ਤੇ ਫੇਰੇ ਲੱਗ ਪਏ ਪੜਨ ਆਨੰਦਾਂ ਨੂੰ, ਧਰਮੀ ਬੁਰਜ ਉਸਾਰੇ ਢਾ ਕੇ ਜ਼ੁਲਮੀ ਕੰਧਾਂ ਨੂੰ। ਉਹ ਜਿਹੜੀ ਗੋਇੰਦਵਾਲ ਵਿੱਚ ਬੋਲੀ ਹੱਥੀ ਤੀਜੇ ਗੁਰ ਨੇ ਡੋਲੀ, ਬੈਠ ਬਣਾਤੀ ਹੌਲੀ ਹੌਲੀ ਮੇਹਰ ਸੀ ਸਰਕਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ। ਚੌਥੇ ਰਾਮਦਾਸ ਗੁਰ ਜਿਹੜੇ ਉਤਰੇ ਛੱਪੜ ਸੁਧਾਸਰ ਨੇੜੇ, ਤੇ ਕਮਤਾਲ ਪੱਟਣ ਦੇ ਛੇੜੇ ਤੀਰਥ ਅੰਮ੍ਰਿਤ ਸਰਦਾ ਹੈ, ਵਿੱਚ ਸੁਨਹਿਰੀ ਮੰਦਰ ਜਗਮਗ ਜਗਮਗ ਕਰਦਾ ਹੈ। ਜਿਹੜੇ ਨਹਾਉਣ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਝੜਦੇ, ਸਤਗੁਰ ਕੱਢ ਲਏ ਨਰਕੋਂ ਸੜਦੇ, ਬੀੜੀ ਪਕੜ ਹਜ਼ਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ। ਉਹ ਜਿਹੜੇ ਸ਼੍ਰੀ ਗੁਰੂ ਅਰਜਨ ਪੰਜਵੇਂ ਟੁਕਣਾ ਚੰਦੂ ਦੇ ਘਰ ਜਨਮੇ, ਪੁੱਤ ਦੀ ਵੰਨੀ ਛੱਡਤੀ ਰੰਜਮੇ, ਤੇ ਦਿਨ ਆ ਗਏ ਭੀੜ ਕੇ, ਉਪਰ ਬਠਾਲੇ ਸਤਗੁਰ ਤਤੀਆਂ ਤਵੀਆਂ ਬੀੜ ਕੇ, ਅਗਦੇ ਭਾਂਬੜ ਮਚਨ ਉਡਾਲੇ, ਰੇਤੇ ਗਰਮ ਸੀਸ ਵਿੱਚ ਡਾਲੇ, ਪੈ ਗਏ ਸ਼ੋਲ ਬਦਨ ਤੇ ਛਾਲੇ, ਰੋਵੇ ਖਲਕ ਬਜਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ। ਉਹ ਛੇਵੇਂ ਨਾ ਹਰ ਗੋਬਿੰਦ ਉਹਦਾ ਭਾਰੀ ਸ਼ਸਤਰ ਧਾਰੀ, ਉਹਦਾ ਖੰਡਾ ਪੈਂਦੇ ਖਾਂਦੇ ਰੋਦਾ, ਵੱਜਿਆ ਬਦਲੇ ਨਕਸ਼ੇ ਸਿੰਘ, ਮਾਤ ਸੁਲੱਖਣੀ ਨੂੰ ਵੀ ਉਹਨਾਂ ਸਤਪੁੱਤ ਬਖਸ਼ੇ ਸੀ। ਝੰਡੇ ਆਣ ਧਰਮ ਦੇ ਗੱਡ ਤੇ ਫੜ ਕੇ ਜੂਲ ਜ਼ੁਲਮ ਦੇ ਵੱਡਦੇ, ਕੈਦੀ ਗਵਾਲੀਆਰ ਚੋਂ ਕੱਢ ਤੇ ਆ ਗਈ ਡੇਟ ਕਰਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ। ਸਤਵੇਂ ਹਰ ਰਾਏ ਜੀ ਭੋਲੇ, ਧਰਮੀ ਮੂਰਤ ਭਗਵੇਂ ਚੋਲੇ, ਉਤਰੇ ਫੂਲ ਮਹਾਰਾਜਾਂ ਕੋਲੇ, ਕਿਧਰੋਂ ਆ ਗਏ ਚੜਕੇ ਐਨ, ਟਾਂਡੇ ਚਾਰਨ ਭੁੱਖੇ ਟਿੱਡ ਵਜਾਉਂਦੇ ਲੜਕੇ ਐ। ਹੋ ਮਿਹਰਬਾਨੀ ਕਰੀ ਹਜੂਰ, ਬਖਸ਼ੇ ਰਾਜ ਕਰੇ ਭਰਪੂਰ, ਨਾਭਾ ਪਟਿਆਲਾ ਸੰਗਰੂਰ, ਰਿਆਸਤ ਸਿੰਘ ਸਰਦਾਰਾਂ ਦੀ, ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ, ਸਿਫਤ ਖੜੋ ਤੇ
ਅਵਤਾਰਾਂ ਦੀ ਹੋ ਅਠਵੇਂ ਸਤਗੁਰ ਹਰੀ ਕਰੀਸ਼ਨ ਸੋਲਾ ਕਲਾ ਸੰਪੂਰਨ ਦਿਸਣਾ ਬੱਗੇ ਛਾਲੇ ਪਰ ਪਰ ਫਿੱਸਣ ਮਾਤਾ ਨਿਕਲੀ ਮੋਟੀ ਸੀਗੀ ਜਲਦੀ ਸਵਰਗ ਸਧਾਰੇ ਉਮਰ ਲੱਖਾਂ ਲਈ ਛੋਟੀ ਸੀ ਹੋ ਗੁਰੂਏ ਮੇਰੇ ਦਾ ਮੂਸੀਤਾ ਸ਼ਮਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਣਾ ਦੀ ਗੀਤਾ ਖਿਲ ਗਈ ਅਕਲ ਗਵਾਰਾ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਪਰਦੇ ਨੌਵੇਂ ਗੁਰ ਨੇ ਫੁੱਲੇ ਸਿੱਖ ਨੂੰ ਪੁੱਛਣਾ ਚਾਹੁੰਦੇ ਗੋਲੇ ਮੁਖ ਚੋਂ ਤੇਗ ਬਹਾਦਰ ਬੋਲੇ ਇਧਰੋਂ ਆਉਂਦੇ ਗੋਰੇ ਐਂ ਦਿੱਲੀ ਤੱਕ ਨਾ ਅਪੜੇ ਇੰਗਲਿਸ਼ ਤਾਨੂੰ ਤੋਰੇ ਐ ਹੋ ਮਾਲਾ ਨੌਵੇਂ ਗੁਰਜੀ ਜਪਦੇ ਪਾਪੀ ਲੀਕ ਜ਼ੁਲਮ ਦੀ ਟਾਪਰੇ ਖੰਡਾ ਮਾਰ ਸੀਸ ਨੂੰ ਕੱਟਦੇ ਤਿੱਖੀ ਧਾਰ ਕਟਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਬਾਬੂ ਦਸਵੇਂ ਗੁਰ ਜੀ ਮੌਜੀ ਜਾਂਦੇ ਸ਼ੈਨ ਸ਼ਾਹ ਨਾਲ ਖੋਜੀ ਸਾਰੀ ਕੌਮ ਬਣਾਤੀ ਫੌਜੀ ਚਿੱਟੀਆਂ ਬਾਜਾਂ ਵਾਲੇ ਨੇ ਵੱਡੇ ਸ਼ਹੀਦੀ ਪਾ ਗਏ ਕੌਰ ਬਹਾਦਰ ਨਾਲੇ ਨੇ ਹੋ ਜਗਤੇ ਸਹੀ ਮੁਸੀਬਤ ਕੇ ਹੀ ਸ਼ਾਂਤੀ ਨਾਲ ਸ਼ਸਤਰਾਂ ਫੇਰੀ ਕੰਧਾਂ ਵਿੱਚ ਜਨਾ ਦੀ ਦੇਹੀ ਛੋਟੇ ਰਾਜਕੁਮਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਜਿਹਦੇ ਜਨਮੇ ਤੋਂ ਦੇਵਤੇ ਖੁਸ਼ ਹੋਏ ਗਾਏ ਮੰਗਲ ਸੀ ਪਰੀਆਂ ਨੇ ਆਣ ਧਰਤੇ ਭੀਖ ਮਸ਼ਾਹ ਦੇ ਕਰਨ ਦੀਦਾਰ ਜਿਸਦਾ ਸਣੇ ਚੇਲਿਆਂ ਬੈਠ ਗਏ ਆਣ ਦਰਤੇ ਜਿਹੜੀ ਜੋਤ ਨੇ ਦਸਵਾਂ ਧਾਰ ਜਾਮਾ ਲਾਇਆ ਡੁੱਬਦੀ ਹਿੰਦ ਨੂੰ ਪਾਰ ਹੈ ਜੀ ਉਸ ਸ਼ਾਹ ਅਸਵਾਰ ਜਰਨੈਲ ਤਾਈ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੇ ਉਹ ਸੁਣਦਾ ਮੈਂ ਉਸਦੀ ਸੇਜ ਬਣ ਜੇ ਉਹ ਸੁਣਦਾ ਮੈਂ ਉਸਦੀ ਸੇਜ ਬਣਦਾ ਤੇ ਮਾਛੀ ਵਾੜੇ ਦੇ ਜੰਗਲ ਦਾ ਵੱਟਾ ਹੁੰਦਾ ਬਣਦਾ ਪਾਂਧੀ ਦਸ਼ਮੇਸ਼ ਦੇ ਚਰਨ ਚੁੰਮਦਾ ਜੇ ਮੈਂ ਪਟਨੇ ਦੀਆਂ ਗਲੀਆਂ ਦਾ ਘੱਟਾ ਹੁੰਦਾ ਉਹਦੇ ਤੀਰ ਦੀ ਲੋਕ ਨਾਲ ਮੁਕਤ ਹੁੰਦਾ ਉਹਦੇ ਤੀਰ ਦੀ ਲੋਕ ਨਾਲ ਮੁਕਤ ਹੁੰਦਾ ਜੇ ਮੈਂ ਕਿਸੇ ਗਵਾਲਣ ਦਾ ਮੱਟਾ ਹੁੰਦਾ ਇੱਕੀ ਕੁਲਾਂ ਕੀ ਸਦਾ ਲਈ ਤਰ ਜਾਂਦਾ ਜੇ ਮੈਂ ਸੈਦੇ ਦੀ ਬੇੜੀ ਦਾ ਫੱਟਾ ਹੁੰਦਾ ਜੇ ਮੈਂ ਸੈਦੇ ਦੀ ਬੇੜੀ ਦਾ ਫੱਟਾ ਹੁੰਦਾ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੂਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਾਜ਼ਰਾ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਆਓ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਬਾਜਾਂ ਵਾਲੇ ਸਤਿਗੁਰੂ ਤਾਜਾਂ ਵਾਲੇ ਸਤਿਗੁਰੂ ਮਰਦ ਅਗੰਮੜੇ ਨੀਲੇ ਦੇ ਸ਼ਾਹ ਅਸਵਾਰ ਅੰਮ੍ਰਿਤ ਕੇ ਦਾਤੇ ਪੰਥ ਕੇ ਵਧਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹਿਨ ਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕੇ ਸੀਸ ਨੂੰ ਸਤਿਗੁਰਾਂ ਦੇ ਚਰਨਾਂ ਤੇ ਅਦਬ ਸਹਿਤ ਝੁਕਾ ਕਰਕੇ ਆਪਣੀਆਂ ਤੇ ਸਾਡੀਆਂ ਲਵਾਓ ਹਾਜ਼ਰੀਆਂ ਦਿਓ ਪਿਆਰ ਦਾ ਸਬੂਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਫਤਿਹ ਭਾਗਾਂ ਵਾਲੇ ਹਾਂ ਕਿ ਅੱਜ ਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਆ, ਸਾਡੀ ਝੋਲੀ ਦੇ ਵਿੱਚ ਇਹ ਭਾਗਾਂ ਭਰਿਆ ਸਮਾਂ ਪਾ ਕੇ ਸਾਨੂੰ ਆਪਣੀ ਪਾਵਨ ਗੋਦਾਂ ਨੇ ਬਖਸ਼ਿਸ਼ ਕੀਤਾ। ਮੈਂ ਇਤਿਹਾਸ ਦੀਆਂ ਕਿਸੇ ਵੀ ਸਤਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਪਹਿਲਾਂ ਤਾਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਿਹੜੀਆਂ ਪੰਡਾਲ ਦੇ ਵਿੱਚ ਕੁਰਸੀਆਂ ਲਾਈਆਂ ਕਿਰਪਾ ਕਰਕੇ ਇਹਨਾਂ ਨੂੰ ਸੰਕੋਚ ਕਰ ਦਿਓ, ਜਿਨ੍ਹਾਂ ਤੋਂ ਨਹੀਂ ਬੈਠ ਹੁੰਦਾ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਪਰਦਿਆਂ ਤੋਂ ਪਿੱਛੇ ਕੋਈ ਇਹਨਾਂ ਦੇ ਬੈਠਣ ਦਾ ਪ੍ਰਬੰਧ ਕਰ ਦਿਓ। ਮਾਤਾਵਾਂ ਦੇ ਵੀ ਚਰਨਾਂ 'ਚ ਬੇਨਤੀ ਕਰਦਾ। ਗੁਰਮੁਖੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਜਵੇਂ ਨਾਨਕ, ਜਿਸ ਵਕਤ ਪੋਥੀ ਦਾ ਪ੍ਰਕਾਸ਼ ਹੁੰਦਾ ਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ, ਉਸ ਤੋਂ ਬਾਅਦ ਮਹਾਰਾਜ ਸੁਖ ਆਸਨ ਕਰਦੇ ਆ ਆਪਣੇ ਪਲੰਘੇ ਦੇ ਉੱਤੇ, ਪੋਥੀ ਦਾ ਚੁਬਾਰਾ ਸਾਹਿਬ ਦੇ ਵਿੱਚ ਸੁਖ ਆਸਨ ਕਰਦੇ ਆ ਪਲੰਘੇ ਦੇ ਉੱਪਰ ਤੇ ਆਪ ਥੱਲੇ ਆਸਨ ਲਾ ਲਿਆ ਕਰਦੇ ਆ। ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੇ ਪੋਥੀ ਦਾ ਪ੍ਰਕਾਸ਼ ਪਲੰਘੇ ਦੇ ਉੱਪਰ ਕਰਤਾ ਤੇ ਤੁਸੀਂ ਕਿੱਥੇ ਬਰਾਜਣਾ? ਮਹਾਰਾਜ ਕਹਿੰਦੇ ਅਸੀਂ ਪੋਥੀ ਦੀ ਤਾਬਿਆ ਦੇ ਵਿੱਚ, ਪੋਥੀ ਦੇ ਥੱਲੇ, ਪੋਥੀ ਤੋਂ ਨੀਵਾਂ ਆਸਨ ਲਾਇਆ ਪਾਤਸ਼ਾਹ ਨੇ ਤੇ ਅਸੀਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਤੋਂ ਸਿਆਣੇ ਤਾਂ ਨਹੀਂ ਹੈਗੇ ਤੇ ਸਾਡਾ ਫਰਜ਼ ਬਣਦਾ ਗੁਰਬਾਣੀ ਦਾ ਸਤਿਕਾਰ ਕਰਨਾ। ਜਦੋਂ ਕਿਸੇ ਦੁਨਿਆਵੀ ਤੌਰ ਤੇ ਆਪਾਂ ਦਫ਼ਤਰ ਵਿੱਚ ਜਾਈਏ ਨਾ ਕਿਸੇ ਅਫਸਰ ਦੇ, ਤੇ ਉਸ ਅਫਸਰ ਦੀ ਮਰਜ਼ੀ ਤੋਂ ਬਿਨਾਂ ਅਸੀਂ ਕਿਤੇ ਕੁਰਸੀ ਦੇ ਉੱਤੇ ਨਹੀਂ ਬੈਠ ਸਕਦੇ। ਫਿਰ ਜਿਹੜਾ ਦੁਨੀਆਂ ਦਾ ਮਾਲਕ ਆ, ਜਿਹੜਾ ਦੁਨੀਆਂ ਦਾ ਪਾਤਸ਼ਾਹ, ਉਹਦੇ ਅੱਗੇ ਕਿਸ ਤਰ੍ਹਾਂ ਆਪਾਂ ਜ਼ੁਰਤ ਕਰਨਾ? ਇੱਥੋਂ ਲੋਕ ਤੰਦਰੁਸਤੀ ਦੀਆਂ ਦਾਤਾਂ ਮੰਗਦੇ ਆ, ਇੱਥੋਂ ਤੰਦਰੁਸਤੀਆਂ ਮੰਗਦੇ ਨੇ, ਤੇ ਯਾਦ ਰੱਖਿਓ ਜਿਹੜਾ ਤੰਦਰੁਸਤੀਆਂ ਬਖਸ਼ਣ ਵਾਲਾ ਹੋਵੇ ਨਾ ਉਹਦੇ ਅੱਗੇ ਫਿਰ ਜਿੱਦ ਨਹੀਂ ਕਰੀਦੀ। ਦਸਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰਾ ਸਰਬੰਸ ਲੁਟਾ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਉੱਤੇ ਸੌਂ ਗਏ। ਮਹਾਰਾਜ ਚਾਹੁੰਦੇ ਤੇ ਉਹਨਾਂ ਕੰਡਿਆਂ ਦੀ ਸੇਜ ਨੂੰ ਮਖਮਲ ਦੀਆਂ ਸੇਜਾਂ ਬਣਾ ਸਕਦੇ ਸੀ, ਬਣਾਈਆਂ ਕਿਉਂ ਨਹੀਂ? ਇਸ ਕਰਕੇ ਕਿ ਕਿਤੇ ਸਿੱਖ ਨੂੰ ਭੀੜ ਪਵੇ ਨਾ, ਸਿੱਖ ਦੇ ਉੱਤੇ ਕਿਤੇ ਸਮਾਂ ਆ ਜਾਵੇ ਤੇ ਉਹਦੇ ਹਮੇਸ਼ਾ ਚੇਤਿਆਂ ਦੇ ਵਿੱਚ ਇਹ ਗੱਲ ਵਸਦੀ ਰਹੇ ਕਿ ਜੇਕਰ ਸਾਡਾ ਬਾਪ ਕੰਡਿਆਂ ਦੇ ਉੱਤੇ ਸੌਂ ਸਕਦਾ ਸੀ ਫਿਰ ਸਾਨੂੰ ਕੀ ਹੋਇਆ। ਤੀਸਰੀ ਉਦਾਹਰਨ, ਇੱਕ ਵਾਰ ਚੋਜੀ ਪ੍ਰੀਤਮ ਦਸਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਚਲੇ ਜਾ ਰਹੇ, ਇੱਕ ਸਿੱਖ ਘੋੜੇ ਦੇ ਮਗਰ ਮਗਰ ਭੱਜਿਆ ਜਾ ਰਿਹਾ। ਸਿੱਖ ਘੋੜੇ ਦੇ ਮਗਰ ਭੱਜਿਆ ਜਾਂਦਾ ਸੱਚੇ ਪਾਤਸ਼ਾਹ ਦੇ ਸਤਿਕਾਰ ਵਜੋਂ। ਮਹਾਰਾਜ ਘੋੜੇ ਤੋਂ ਉਤਰੇ ਨੇ, ਘੋੜੇ ਤੋਂ ਉਤਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦਾ ਜੋੜਾ ਲਾ ਕੇ ਤੇ ਉਸ ਸਿੱਖ ਨੂੰ ਬਖਸ਼ ਦਿੱਤਾ ਕਿ ਭਾਈ ਸਿੱਖਾ ਜੰਗਲ ਦੇ ਵਿੱਚ ਕੰਡੇ ਆ ਤੂੰ ਪਹਿਨ ਲਾ, ਤੇ ਆਪ ਘੋੜੇ ਤੇ ਸਵਾਰ ਹੋ ਕੇ ਤੇ ਫਿਰ ਉਸੇ ਤਰ੍ਹਾਂ ਚਾਲਾ ਮਾਰ ਦਿੱਤਾ ਤੇ ਉਹ ਸਿੱਖ ਭੱਜਿਆ ਦਾ ਜਾ ਰਿਹਾ। ਜੋੜਾ ਮਹਾਰਾਜ ਜੀਆਂ ਦਾ ਪ੍ਰਵਾਨ ਕਰ ਲਿਆ, ਜੋੜਾ ਲੈ ਲਿਆ, ਪਰ ਜੋੜਾ ਪੈਰਾਂ ਦੇ ਵਿੱਚ ਨਹੀਂ ਪਹਿਨਿਆ, ਜੋੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਪਾਤਸ਼ਾਹ ਦਾ ਤੇ ਫਿਰ ਭੱਜੀ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਆ ਗੁਰੂ ਕੇ ਸਿੱਖ ਤੇ ਇੱਕ ਪੰਥ ਵਿਰੋਧੀ ਤਾਕਤ ਹੋਈ ਆ ਜਿਹਨੂੰ ਭਾਰਤ ਦੀ ਗੌਰਮੈਂਟ ਨੇ ਬੜੀ ਸਾਜਿਸ਼ ਅਧੀਨ ਇੱਥੇ ਭੇਜਿਆ, ਉਹਦਾ ਨਾਮ ਆ ਗੁਰਬਚਨਾ ਨਰਕਧਾਰੀਆ। ਤੇ ਗੁਰਬਚਨਾ ਨਰਕਧਾਰੀਆ ਆਖਦਾ ਇਹ ਕਹਿੰਦਾ ਜੇਕਰ ਸਿੱਖਾਂ ਦੇ ਗੁਰੂ ਨੇ ਪੰਜ ਪਿਆਰੇ ਸਾਜੇ ਸੀ ਤੇ ਮੈਂ ਸੱਤ ਸਤਾਰੇ ਸਾਜੇ,
ਆਪਣੀ ਗੱਦੀ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਉੱਪਰ ਦੀ ਲੰਘ ਕੇ ਇਹ ਦੁਸ਼ਟ ਬੈਠਿਆ ਕਰਦਾ ਸੀ। ਹੁਣ ਤੁਸੀਂ ਆਪ ਫੈਸਲਾ ਕਰੋ, ਗੁਰਬਚਨੇ ਨਰਕਧਾਰੀ ਦੇ ਵਾਰਸ ਬਣਨਾ ਕਿ ਪੰਜਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦੇ ਵਾਰਸ ਬਣਨਾ, ਇਹ ਤੁਹਾਡੇ ਹੱਥ ਵਿੱਚ ਫੈਸਲਾ। ਮੇਰਾ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਹੀਆਂ ਨਾ ਤੁਹਾਡਾ ਸਤਿਕਾਰ ਆ, ਪਰ ਜਿੰਨਾ ਚਿਰ ਤੁਸੀਂ ਕੁਰਸੀਆਂ ਡਾਹੀਆਂ ਮੇਰਾ ਤਵਾ ਓਨਾ ਹੀ ਉੱਥੇ ਹੀ ਰਹਿਣਾ ਵਾ, ਨਾ ਤਾਂ ਮੈਥੋਂ ਗਾਹ ਹੋਣਾ ਹੈ ਤੇ ਨਾ ਹੀ ਮੈਂ ਗਾਉਣਾ ਹੈ। ਗੁਰਬਾਣੀ ਦਾ ਫਰਮਾਨ ਆ, ਜਿਨ ਭੈ ਬਾਣੀ ਅਦਬ ਨਾ ਧਾਰਾ ਜਨ ਹੋ ਸੋ ਸਿੱਖ ਨਾਹੀ ਹਮਾਰਾ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰਬਾਣੀ ਦਾ ਅਦਬ ਨਹੀਂ, ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰਬਾਣੀ ਦਾ ਭੈ ਨਹੀਂ ਉਹ ਗੁਰੂ ਦਾ ਸਿੱਖ ਨਹੀਂ, ਤੇ ਜਿਹੜਾ ਗੁਰੂ ਦਾ ਸਿੱਖ ਨਹੀਂ ਉੱਥੋਂ ਲੈਣ ਕੀ ਆਇਆ। ਜੇ ਅਸੀਂ ਗੁਰੂ ਵਾਲੇ ਬਣਨਾ ਹੈ, ਜੇ ਗੁਰੂ ਦਾ ਪਿਆਰ ਪਾਉਣਾ ਹੈ, ਜੇ ਗੁਰੂ ਦਾ ਆਦਰ ਕਰਦੇ ਹਾਂ ਤੇ ਸਾਨੂੰ ਇਹ ਸਾਰੀ ਰੀਤ ਤਿਆਗਣੀ ਪਊਗੀ। ਇਹ ਕੋਈ ਸਿਨੇਮਾ ਘਰ ਨਹੀਂ, ਕਿਸੇ ਕਲਾਕਾਰ ਦਾ ਅਖਾੜਾ ਨਹੀਂ, ਇਹ ਦੁਨੀਆ ਦੇ ਮਾਲਕ ਦਾ ਦਰਬਾਰ ਆ। ਇਹਦੀ ਆਗਿਆ ਤੋਂ ਬਿਨਾਂ ਅਸੀਂ ਇਹਦੇ ਪੰਡਾਲ ਦੇ ਵਿੱਚ ਹਾਜ਼ਰ ਵੀ ਨਹੀਂ ਹੋ ਸਕਦੇ, ਫਿਰ ਅਸੀਂ ਕੁਰਸੀ ਦੇ ਉੱਤੇ ਕਿਸ ਤਰ੍ਹਾਂ ਬੈਠ ਸਕਦੇ ਹਾਂ। ਮੈਂ ਮਾਤਾਵਾਂ ਦੇ ਵੀ ਚਰਨਾਂ 'ਚ ਬੇਨਤੀ ਕਰਦਾ ਕਿ ਇੰਨਾ ਤਾਂ ਕਿਸੇ ਜਾਨਵਰ ਨੂੰ ਸਮਝਾ ਦਈਏ ਨਾ ਤੇ ਉਹ ਵੀ ਸਮਝ ਜਾਂਦਾ ਹੈ, ਤੇ ਤੁਸੀਂ ਤਾਂ ਇਨਸਾਨਾਂ ਦੀ ਜੂਨ ਵਿੱਚ ਆ। ਤੇ ਯਾਦ ਰੱਖਿਓ, ਜਿਹੜਾ ਤੰਦਰੁਸਤੀਆਂ ਬਖਸ਼ ਸਕਦਾ ਹੈ ਤੇ ਗਿੱਟੇ ਗੋਡੇ ਭੰਨ ਵੀ ਸਕਦਾ, ਤੇ ਇਹ ਨਾ ਹੋਵੇ ਕਿਤੇ ਜੇ ਆਪਾਂ ਇਹਦੇ ਸ਼ਰੀਕ ਬਣ ਕੇ ਬੈਠੀਏ ਤੇ ਉਹ ਘਰੋਂ ਆਉਣ ਜੋਗਾ ਨਾ ਛੱਡੇ। ਮੈਂ ਮਾਫੀ ਚਾਹੁੰਦਾ ਵਾਂ, ਦੂਸਰੇ ਪ੍ਰਚਾਰਕਾਂ ਵਾਂਗ ਸਾਡਾ ਇਹ ਕਿੱਤਾ ਨਹੀਂ ਆ ਵੀ ਇੱਥੇ ਕਵੀਸ਼ਰੀ ਗਾਈ ਤੇ ਪ੍ਰਬੰਧਕ ਸਾਹਿਬਾਨਾਂ ਤੋਂ ਆਪਣੇ ਪੈਸੇ ਲਏ ਤੇ ਚੱਲਦੇ ਬਣੇ। ਨਹੀਂ, ਜਿੰਨਾ ਚਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦਾ ਸਤਿਕਾਰ ਕਾਇਮ ਨਹੀਂ ਹੁੰਦਾ ਸਾਡਾ ਮਨ ਨਹੀਂ ਜੋ ਕਰਦਾ ਗਾਉਣ ਨੂੰ, ਤੇ ਨਾ ਹੀ ਅਸੀਂ ਗਾਉਣਾ ਹੈ ਤੇ ਨਾ ਹੀ ਅਸੀਂ ਪੈਸੇ ਕਰਕੇ ਗਾਉਂਦੇ ਹਾਂ। ਸਾਡਾ ਮਕਸਦ ਆ ਗੁਰੂ ਦਾ ਸਤਿਕਾਰ ਬਹਾਲ ਕਰਨਾ। ਤੇ ਯਾਦ ਰੱਖਿਓ, ਜਦੋਂ ਵੀ ਅਸੀਂ ਸਟੇਜ ਤੇ ਚੜ੍ਹਨਾ ਹੁੰਦਾ ਨਾ ਤੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਚਰਨਾਂ ਤੇ ਅਰਦਾਸ ਕਰਕੇ ਚੜ੍ਹਦੇ ਹਾਂ ਕਿ ਜੇ ਗੁਰੂ ਦੀ ਨਰਾਦਰੀ ਦੇ ਖਿਲਾਫ ਸਾਨੂੰ ਕਿਸੇ ਨਾਲ ਲੜਨਾ ਪਵੇ, ਭਿੜਨਾ ਪਵੇ ਨਾ, ਤੇ ਗੁਰੂ ਆਪ ਸਿਰ ਦੇ ਉੱਤੇ ਹੱਥ ਰੱਖੇ ਅਸੀਂ ਫਿਰ ਵੀ ਪਿੱਛੇ ਨਹੀਂ ਝੁਟਦੇ। ਘਰੋਂ ਇਹੋ ਸੋਚ ਕੇ ਤੁਰੀਦਾ ਵਾ ਕਿ ਜੇ ਗੁਰੂ ਦਾ ਪ੍ਰਚਾਰ ਸੱਚੇ ਮਨ ਦੇ ਨਾਲ ਕਰਨਾ ਹੈ ਤੇ ਛਿੱਤਰ ਮਾਰਨ ਦੇ ਲਈ ਵੀ ਤੇ ਛਿੱਤਰ ਖਾਣ ਦੇ ਲਈ ਵੀ ਤਿਆਰ ਬਰ ਤਿਆਰ ਹੋ ਕੇ ਨਿਕਲੀਦਾ ਘਰੋਂ। ਇੱਕ ਦੋ ਵਾਰੀ ਪਿਆਰ ਦੇ ਨਾਲ ਬੇਨਤੀ ਹੁੰਦੀ ਆ, ਉਸ ਤੋਂ ਬਾਅਦ ਨਹੀਂ। ਰਹੋ ਵਿਚਾਰ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੀ ਪਾਵਨ ਗੋਦਾਂ ਨਿਗ ਬਖਸ਼ਿਸ਼ ਕੀਤਾ ਹੈ। ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਉਹਨਾਂ ਵੀਰਾਂ ਦਾ, ਮਾਤਾਵਾਂ ਦਾ ਜਿਨ੍ਹਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਰਹੋ ਵਿਚਾਰ, ਮੈਂ ਬੋਲਣਾ ਤਾਂ ਕੁਝ ਹੋਰ ਸੀ, ਮਨ ਬਣਾਇਆ ਸੀ ਕਿ ਤੁਹਾਨੂੰ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਤਿਹਾਸ ਸੁਣਾ ਕੇ ਜਾਵਾਂਗੇ, ਪਰ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਨੌਜਵਾਨ ਵੀਰਾਂ ਨੇ ਜੋ ਬੇਨਤੀਆਂ ਕੀਤੀਆਂ, ਹੁਕਮ ਲਾਏ ਨੇ, ਉਹਨਾਂ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਮੈਂ ਮੌਜੂਦਾ ਸਮੇਂ ਦੇ ਸ਼ਹੀਦ ਸਿੰਘਾਂ ਦੀ ਗੱਲ ਕਰਕੇ ਆਪ ਜੀ ਦੇ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਉਣੀ ਆ। ਮੈਨੂੰ ਇਸ ਗੱਲ ਦਾ ਬੜਾ ਚਾਉ ਚੜ੍ਹਦਾ, ਬੜਾ ਮਾਣ ਮਹਿਸੂਸ ਹੁੰਦਾ ਉਹਨਾਂ ਨੌਜਵਾਨ ਵੀਰਾਂ ਦੇ ਉੱਤੇ ਜਿਹੜੇ ਆਖਦੇ ਨੇ ਕਿ ਮੌਜੂਦਾ ਸਮੇਂ ਦੇ ਸ਼ਹੀਦ ਸਿੰਘਾਂ ਦੀ ਗੱਲ ਕਰਨੀ ਆ। ਕਿਉਂ ਕਰਕੇ ਇਸ ਕਰਕੇ ਮਾਣ ਮਹਿਸੂਸ ਹੁੰਦਾ ਏ ਕਿ ਇਹਨਾਂ ਦੇ ਦਿਲ ਦੇ ਵਿੱਚ ਸ਼ਹੀਦ ਸਿੰਘਾਂ ਦੇ ਪ੍ਰਤੀ
ਗੁਰੂ ਕੇ ਸ਼ਹੀਦ ਸਿੰਘਾਂ ਦੇ ਪ੍ਰਤੀ ਗੁਰੂ ਸਾਹਿਬਾਨਾਂ ਪ੍ਰਤੀ ਕਿਤੇ ਨਾ ਕਿਤੇ ਇਮਾਨਦਾਰੀ ਆ, ਕਿਤੇ ਨਾ ਕਿਤੇ ਇਹਨਾਂ ਦੇ ਖੂਨ ਦੇ ਵਿੱਚ ਉਹ ਕਣ ਹੈ ਨਾ ਜਿਹੜੇ ਕਣ ਇੱਕ ਸਿੱਖ ਦੇ ਖੂਨ ਦੇ ਵਿੱਚ ਹੋਣੇ ਚਾਹੀਦੇ ਆ। ਤੇ ਜੇ ਇਸ ਸਿੱਖ ਦੇ ਕਦੇ ਸੁਪਨਿਆਂ ਦੇ ਵਿੱਚ ਘੋੜਿਆਂ ਦੀਆਂ ਟਾਪਾਂ ਨੇ, ਕਿਰਪਾਨਾਂ ਦੇ ਖੜਕਾਟ ਨੇ, ਗੋਲੀਆਂ ਦੀ ਛਣਕਾਰ ਨੇ ਆਵਾਜ਼ ਨਹੀਂ ਨਾ ਦਿੱਤੀ, ਉਹ ਗੁਰੂ ਕਾ ਸਿੱਖ ਨਹੀਂ ਆ ਤੇ ਉਹ ਪੰਜਾਬ ਦਾ ਖੂਨ ਨਹੀਂ ਆ। ਜੇਕਰ ਪੰਜਾਬ ਦੇ ਵਿੱਚ ਜੰਮਿਆ ਏ ਤੇ ਉਹਦਾ ਖੂਨ ਕਿਤੇ ਨਾ ਕਿਤੇ ਅਬਾਲਾ ਖਾਊ। ਤੇ ਇੱਕ ਕਿਣਕਾ ਹੀ ਬਹੁਤ ਹੁੰਦਾ ਏ, ਇੱਕ ਚੰਗਿਆੜੀ ਬਹੁਤ ਹੁੰਦੀ ਆ ਕਿਸੇ ਭਾਂਬੜ ਨੂੰ ਅੰਜਾਮ ਦੇਣ ਦੇ ਲਈ, ਕਿਸੇ ਅੱਗ ਨੂੰ ਵੱਡਾ ਰੂਪ ਧਾਰਨ ਦੇ ਕਰਨ ਦੇ ਲਈ ਸਿਰਫ ਇੱਕ ਚੰਗਿਆੜੀ ਬਹੁਤ ਆ। ਤੇ ਇਸੇ ਗੱਲ ਦਾ ਚਾਓ ਆ ਮਨ ਦੇ ਵਿੱਚ ਉਹ ਵਧਾਈ ਦੇ ਪੱਤਰ ਨੇ ਨੌਜਵਾਨ ਜਿਨ੍ਹਾਂ ਦਾ ਸ਼ਹੀਦ ਸਿੰਘਾਂ ਪ੍ਰਤੀ ਸਤਿਕਾਰ ਆ, ਪਿਆਰ ਆ, ਕਿਤੇ ਨਾ ਕਿਤੇ ਉਹਨਾਂ ਨੇ ਸ਼ਹੀਦਾਂ ਨੂੰ ਪੜ੍ਹਿਆ, ਸੁਣਿਆ ਏ ਤੇ ਵਾਚਿਆ ਏ। ਗੁਰਮੁਖੋ, ਇਸ ਧਰਤੀ ਦੇ ਉੱਤੇ ਬਹੁਤ ਸਾਰੇ ਧਰਮਾਂ ਨੇ ਜਨਮ ਲਿਆ, ਕਿਸੇ ਧਰਮ ਦੇ ਉੱਤੇ ਤਕੜੇ ਧਰਮ ਨੇ ਜ਼ੁਲਮ ਕੀਤਾ ਤੇ ਉਹ ਜ਼ੁਲਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਉਸ ਧਰਮ ਦੇ ਲੋਕ, ਮਾੜੇ ਧਰਮ ਦੇ ਲੋਕ, ਮਾੜਾ ਊਚ ਨੀਚ ਨਹੀਂ, ਮਾੜਾ ਬਲ ਪੱਖੋਂ ਕਮਜ਼ੋਰ ਧਰਮ ਦੇ ਲੋਕਾਂ ਨੇ ਤਕੜੇ ਦੀ ਤਾਬ ਨੂੰ ਨਾ ਸਹਾਰਦੇ ਹੋਏ ਆਪਣਾ ਧਰਮ ਤਬਦੀਲ ਕਰ ਲਿਆ ਤੇ ਜਾਂ ਫਿਰ ਸਦਾ ਲਈ ਜੁੱਲੀ ਬਿਸਤਰਾ ਗੋਲ ਕਰਕੇ ਤੇ ਇਸ ਜਹਾਨ ਤੋਂ ਚੱਲਦੇ ਬਣ। ਇਸੇ ਦੇ ਚੱਲਦਿਆਂ ਇੱਕ ਧਰਮ ਨੇ ਹੋਰ ਜਨਮ ਲੈ ਲਿਆ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਅੰਕਿਤ ਕਰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਦੁਨੀਆਂ ਦੇ ਸਾਰੇ ਧਰਮਾਂ ਦੇ ਨਾਲੋਂ ਨਿਰਮਲ ਹੋ ਨਿਬੜਿਆ, ਨਿਆਰਾ ਹੋ, ਵੱਖਰਾ ਹੋ ਨਿਬੜਿਆ। ਵੱਖਰਾ ਇਸ ਕਰਕੇ ਨਹੀਂ ਕਿ ਇਸ ਧਰਮ ਦੇ ਉੱਤੇ ਕਦੇ ਕਿਸੇ ਨੇ ਜ਼ੁਲਮ ਨਹੀਂ ਕੀਤਾ, ਵੱਖਰਾ ਇਸ ਕਰਕੇ ਹੋ ਨਿਬੜਿਆ ਕਿ ਇਸ ਧਰਮ ਦੇ ਉੱਤੇ ਸਾਰਿਆਂ ਨੇ ਰਲ ਮਿਲ ਕੇ ਜ਼ੁਲਮ ਕੀਤਾ, ਚਾਹੇ ਉਹ ਤਕੜਾ ਸੀ ਤੇ ਚਾਹੇ ਉਹ ਮਾੜਾ। ਜਿਹਦੇ ਜਿਹਦੇ ਹੱਥ ਦੇ ਵਿੱਚ ਹਕੂਮਤ ਦੀ ਵਾਗ ਡੋਰ ਆਈ ਉਹਨੇ ਆਪਣੇ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਤੇ ਇਹ ਵੱਖਰਾ ਇਸ ਕਰਕੇ ਹੋ ਨਿਬੜਿਆ ਕਿ ਜਿਵੇਂ ਜਿਵੇਂ ਇਹਦੇ ਉੱਤੇ ਕਿਸੇ ਨੇ ਜ਼ੁਲਮ ਕੀਤੇ ਇਹਨੇ ਆਪਣੇ ਆਪ ਨੂੰ ਨਿਖਾਰ ਕੇ ਪੇਸ਼ ਕੀਤਾ, ਇਹਨੇ ਉਹਨਾਂ ਜ਼ੁਲਮਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਉਹਨਾਂ ਜ਼ੁਲਮਾਂ ਦਾ ਮੁਕਾਬਲਾ ਕੀਤਾ। ਜਿਵੇਂ ਇੱਕ ਸਪਰਿੰਗ ਦੇ ਉੱਤੇ ਜਿੰਨਾ ਕੁ ਭਾਰ ਪਾਈਏ ਤੇ ਜਦੋਂ ਇੱਕੋ ਦਮ ਪਾਸੇ ਕਰਦੀ ਉਹ ਜਿੰਨਾ ਭਾਰ ਪਾਇਆ ਹੁੰਦਾ ਉਦੋਂ ਦੁੱਗਣੀ ਤਿਗਣੀ ਬਲ ਦੇ ਨਾਲ ਉੱਚੀ ਨੂੰ ਬੜਕਦਾ ਨਾ, ਉਸੇ ਤਰ੍ਹਾਂ ਸਿੱਖ ਕੌਮ ਨੇ ਉਬਾਲਾ ਖਾਧਾ। ਜਿੰਨੇ ਜਿੰਨੇ ਇਸ ਧਰਤੀ ਦੇ ਉੱਤੇ ਸਾਡੇ ਸੂਰਬੀਰ ਯੋਧਿਆਂ ਦੇ ਖੂਨ ਦੇ ਤੁਪਕੇ ਡੁੱਲੇ ਉਹਨੇ ਇੱਥੇ ਸੂਰਮੇ ਪੈਦਾ ਹੁੰਦੇ ਆਏ ਆ ਤੇ ਸੂਰਮੇ ਪੈਦਾ ਹੁੰਦੇ ਰਹਿਣਗੇ। ਆ ਜਿਹੜੀਆਂ ਮਾਤਾਵਾਂ ਮੇਰੀਆਂ ਭੈਣਾਂ ਟੋਲੀਆਂ ਬਣਾ ਕੇ ਪਿੱਛੇ ਗੱਲਾਂ ਕਰੀ ਜਾਂਦੀਆਂ ਨਾ, ਸਟੇਜ ਸੈਕਟਰੀ ਸਾਹਿਬ ਨੇ ਬਚਨ ਉਚਾਰਨ ਕੀਤਾ ਸੀ ਕਿ ਜੇ ਕਿਣਕਾ ਮਾਤਰ ਵੀ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਲੈ ਗਏ ਨਾ ਤੇ ਸਾਰਾ ਇਹ ਕਾਰਜ ਸਫਲ ਹੋ ਜਾਣਾ। ਗੁਰਬਾਣੀ ਦਾ ਫਰਮਾਨ ਆ, ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਉਂਦਾ। ਜੇ ਕਿਣਕਾ ਮਾਤਰ ਵੀ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਲੈ ਗਏ ਤੇ ਸਾਰਾ ਕਾਰਜ ਕੀਤਾ ਪ੍ਰਬੰਧਕ ਸਾਹਿਬਾਨਾਂ ਦਾ ਸਫਲ ਹੋ ਜਾਣਾ, ਤੁਹਾਡਾ ਚੱਲ ਕੇ ਆਇਆ ਸਫਲ ਹੋ ਜਾਣਾ, ਸਾਡਾ ਕੁਝ ਬੋਲਿਆ ਸਫਲ ਹੋ ਜਾਣਾ। ਜੇ ਕੋਈ ਬਹੁਤੀ ਜ਼ਰੂਰੀ ਗੱਲ ਆ ਤੇ ਉਹ ਕਿਰਪਾ ਕਰਕੇ ਉੱਠ ਕੇ ਪੰਡਾਲ ਦੇ ਵਿੱਚੋਂ ਬਾਹਰ ਜਾ ਕੇ ਕਰ ਲਓ ਗੱਲਾਂ, ਵੈਸੇ ਤੁਹਾਡੀਆਂ ਜ਼ਰੂਰੀ ਨਹੀਂ ਹੋਣਗੀਆਂ, ਜਾਂ ਤਾਂ ਸੂਟਾਂ ਸਾਟਾਂ ਦੀਆਂ ਹੋਣਗੀਆਂ ਤੇ ਜਾਂ ਫਿਰ ਨੂੰਹਾਂ ਸੱਸਾਂ ਦੀਆਂ ਚੁਗਲੀਆਂ, ਆਈਓ ਕੰਮ ਆ। ਕਿਰਪਾ ਕਰੋ ਇਹਨਾਂ ਗੱਲਾਂ ਨੂੰ ਸੰਕੋਚੋ, ਕੰਮ ਔਖਾ ਪਰ ਤੁਹਾਨੂੰ ਕਰਨਾ ਪੈਣਾ,
ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਸ ਸਮੇਂ ਨੂੰ ਆਪਾਂ ਸਫਲਾ ਕਰਨ ਆਏ ਆ, ਇਸ ਸਮੇਂ ਨੂੰ ਸੁਲੱਖਣਾ ਕਰਨ ਆਏ ਆ, ਨਾ ਕਿ ਬਰਬਾਦ ਕਰਨ ਆਏ ਆ। ਤੁਹਾਡੇ ਨਗਰ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਹੋਰ ਵੀ ਬੜੇ ਜੀਵ ਵਸਦੇ ਆ ਜਿਹੜੇ ਇਸ ਵੇਲੇ ਰਜਾਈਆਂ ਦੇ ਵਿੱਚ ਮਗਨ ਹੋ ਕੇ ਸੁੱਤੇ ਪਏ ਹੋਣਗੇ, ਪਰ ਤੁਸੀਂ ਕਿਉਂ ਜਾਗਦੇ ਆ? ਤੁਹਾਡੇ ਉੱਪਰ ਖਾਸ ਦ੍ਰਿਸ਼ਟੀ ਆ ਪਾਤਸ਼ਾਹ ਦੀ, ਤੁਸੀਂ ਨਿਗਾਹ ਹੇਠ। ਵੈਸੇ ਸਾਰਾ ਸੰਸਾਰ ਨਿਗਾਹ ਹੇਠ ਆ, ਪਰ ਤੁਸੀਂ ਖਾਸ ਨਿਗਾਹ ਹੇਠ ਆ, ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ। ਤੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਜੇ ਗੁਰੂ ਦਾ ਜਸ ਨਾ ਸੁਣਿਆ, ਗੁਰੂ ਕੇ ਸੂਰਮਿਆਂ ਦਾ ਇਤਿਹਾਸ ਨਾ ਸੁਣਿਆ, ਤੇ ਫਿਰ ਸਾਰਾ ਕੁਝ ਨੇਫਲ ਹੋ ਜਾਣਾ ਹੈ, ਤੇ ਆਪਾਂ ਇਹ ਕਾਰਜ ਨਹੀਂ ਕਰਨਾ। ਰਹੋ ਵਿਚਾਰ ਗੁਰਮੁਖੋ, ਇਸ ਧਰਮ ਦੇ ਉੱਤੇ ਵੱਖ ਵੱਖ ਸਮੇਂ ਦੇ ਉੱਤੇ ਵੱਖ ਵੱਖ ਸਰਕਾਰਾਂ ਨੇ ਵੱਖ ਵੱਖ ਤਰੀਕੇ ਦੇ ਨਾਲ ਜ਼ੁਲਮ ਕੀਤੇ, ਪਰ ਇਸ ਧਰਮ ਨੇ ਉਹਨਾਂ ਜ਼ੁਲਮਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਹਦੀ ਲੜਾਈ ਹਮੇਸ਼ਾ ਹੀ ਹੱਕ ਦੀ ਰਹੀ ਆ, ਸੱਚ ਦੀ ਰਹੀ ਆ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੁਨੀਆਂ ਦੇ ਉੱਤੇ ਹੁੰਦੇ ਜ਼ੁਲਮਾਂ ਨੂੰ ਵੇਖ ਕੇ ਸਮੇਂ ਦੀ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਕਹਿ ਦਿੱਤਾ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ। ਤੇ ਮਹਾਰਾਜ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਚੱਕੀ ਪੀਸਣੀ ਪਈ, ਸਾਨੂੰ ਰੋਕਣ ਦਾ ਯਤਨ ਕੀਤਾ ਗਿਆ, ਅਸੀਂ ਰੁਕੇ ਨਹੀਂ। ਪੰਜਵੇਂ ਨਾਨਕ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕੁਝ ਮੁਸਲਮਾਨ ਧਰਮ ਦੇ ਖਿਲਾਫ ਗੱਲਾਂ ਹੋਣ ਕਰਕੇ, ਵੈਸੇ ਸਿੱਖ ਧਰਮ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ, ਪਰ ਉਸ ਵਕਤ ਦੀ ਹਕੂਮਤ ਦੇ ਰੂਲਾਂ ਮੁਤਾਬਕ, ਨਿਯਮਾਂ ਮੁਤਾਬਕ ਸਿੱਖ ਧਰਮ ਉਹਨਾਂ ਦੇ ਧਰਮ ਦੇ ਖਿਲਾਫ ਗੱਲ ਕਰਦਾ ਉਹਨਾਂ ਦੀ ਸਮਝ ਵਿੱਚ ਆਇਆ, ਤੇ ਕੁਝ ਚੰਦੂ ਵਰਗੀਆਂ ਨੇ ਸਕੀਮ ਪਾ ਦਿੱਤੀ। ਇਸ ਕਰਕੇ ਪਾਤਸ਼ਾਹ ਨੂੰ ਪੰਜਵੇਂ ਨਾਨਕ, ਧੰਨ ਸਾਹਿਬ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਸੀਸ ਦੇ ਵਿੱਚ ਗਰਮ ਰੇਤਾ ਪਾ ਕੇ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਸਾਨੂੰ ਮੁਕਾਉਣ ਦਾ ਯਤਨ ਕੀਤਾ ਗਿਆ। ਗੁਰਮੁਖੋ, ਸਿਆਣਿਆਂ ਦਾ ਕਥਨ ਆ, ਕਹਿੰਦੇ ਜੇਕਰ ਕਿਸੇ ਕੌਮ ਦੀ ਉਮਰ ਦੇਖਣੀ ਹੋਵੇ ਨਾ, ਤੇ ਇਹ ਦੇਖਣਾ ਪੈਂਦਾ ਕਿ ਕੌਮ ਦੇ ਬਾਨੀ ਦਾ ਜਨਮ ਕਦੋਂ ਦਾ, ਕੌਮ ਦੇ ਬਾਨੀ ਦੇ ਜਨਮ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਮਿਲਾਪ ਕਰਕੇ ਤੇ ਕੌਮਾਂ ਦੀ ਉਮਰ ਪਤਾ ਲੱਗ ਜਾਂਦੀ ਆ। ਪਰ ਕਹਿੰਦੇ ਜੇਕਰ ਕਿਸੇ ਕੌਮ ਦੀ ਜੜ ਦੇਖਣੀ ਹੋਵੇ, ਤੇ ਫਿਰ ਇਹ ਦੇਖਣਾ ਪੈਂਦਾ ਕਿ ਕੌਮ ਦੇ ਬਾਨੀ ਦੇ ਜਨਮ ਤੋਂ ਬਾਅਦ, ਕੌਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਕੌਮ ਨੂੰ ਜਿਉਂਦਿਆਂ ਰੱਖਣ ਦੇ ਲਈ, ਸੁਰਜੀਤ ਰੱਖਣ ਦੇ ਲਈ ਜਾਂ ਅੱਗੇ ਉਭਾਰਨ ਦੇ ਲਈ ਕਿੰਨਾ ਕੁ ਲੋਕਾਂ ਨੇ ਬਲੀਦਾਨ ਦਿੱਤੇ। ਜੇਕਰ ਅਸੀਂ ਆਪਣੀ ਉਮਰ ਦਾ ਤਕਾਜ਼ਾ ਲਾਈਏ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਮਿਲਾਪ ਕਰਕੇ ਦੇਖੀਏ ਤਾਂ ਤਕਰੀਬਨ 557-58 ਸਾਲ ਸਾਡੀ ਉਮਰ ਬਣਦੀ ਹੈ। ਪਰ ਕਹਿੰਦੇ ਜੇਕਰ ਕਿਸੇ ਨੇ ਇਸ ਧਰਮ ਦੀ ਜੜ ਵੇਖਣ ਦੀ ਯਤਨ ਕੀਤਾ, ਤੇ ਅੱਜ ਤੱਕ ਨਾ ਕੋਈ ਇਸ ਧਰਮ ਦੀ ਜੜ ਮਾਪ ਸਕਿਆ ਹੈ ਤੇ ਨਾ ਕੋਈ ਮਾਪ ਸਕੇਗਾ। ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਮਹਾਰਾਜ ਅਜਿਹਾ ਸ਼ਹਾਦਤਾਂ ਦਾ ਰਾਹ ਪੱਧਰਾ ਕਰਕੇ ਗਏ ਆ। ਗੁਰਮੁਖੋ, 365 ਦਿਨ ਹੁੰਦੇ ਆ ਸਾਲ ਦੇ ਵਿੱਚ, ਤੇ 365 ਦਿਨਾਂ ਦੇ ਵਿੱਚ ਇੱਕ ਵੀ ਪਲ ਅਜਿਹਾ ਨਹੀਂ ਹੋਵੇਗਾ ਜਿਸ ਪਲ ਦੇ ਉੱਤੇ ਸਾਡੇ ਕਿਸੇ ਸੂਰਬੀਰ ਯੋਧੇ ਨੇ ਸ਼ਹਾਦਤ ਦਾ ਜਾਮ ਨਾ ਪੀਤਾ। ਇੱਕ ਇੱਕ ਪਲ ਸਾਡਾ ਕੁਰਬਾਨੀਆਂ ਦੇ ਨਾਲ ਭਰਿਆ, ਸ਼ਹਾਦਤਾਂ ਦੇ ਨਾਲ ਭਰਿਆ। ਰਹੋ ਵਿਚਾਰ, ਪੰਜਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਸਾਨੂੰ ਮੁਕਾਉਣ ਦਾ ਯਤਨ ਕੀਤਾ ਗਿਆ, ਅਸੀਂ ਖਤਮ ਨਹੀਂ ਹੋਏ, ਅਸੀਂ ਰੂਪ ਧਾਰਨ ਕਰ ਲਿਆ। ਛੇਵੇਂ ਨਾਨਕ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ,
ਮੀਰੀ ਤੇ ਪੀਰੀ ਦਾ ਸਿਧਾਂਤ ਲੈ ਕੇ ਸਮੇਂ ਦੀ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਖਲੋ ਗਏ। ਉਸ ਵਕਤ ਮੁਗਲ ਹਕੂਮਤ ਨੇ ਐਲਾਨ ਕਰ ਦਿੱਤਾ, ਕਹਿੰਦੇ ਮੁਗਲਾਂ ਤੋਂ ਬਿਨਾਂ ਕੋਈ ਵੀ ਘਰ ਦੇ ਵਿੱਚ ਹਥਿਆਰ ਨਹੀਂ ਰੱਖ ਸਕਦਾ। ਮਹਾਰਾਜ ਕਹਿੰਦੇ ਹਥਿਆਰ ਰੱਖਣ ਦੀ ਗੱਲ ਕਰਦੇ, ਸਾਡੇ ਸਿੱਖ ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਨਗੇ, ਜੰਗਾਂ ਦੀ ਤਿਆਰੀ ਕਰਿਆ ਕਰਨਗੇ, ਸ਼ਿਕਾਰ ਚੜਿਆ ਕਰਨਗੇ। ਮਹਾਰਾਜ ਤੇ ਸੰਗਤ ਦੇ ਵਿੱਚ ਵੀ ਇਹ ਵਚਨ ਉਚਾਰਨ ਕਰ ਦਿੱਤਾ, ਜੇਕਰ ਅੱਜ ਤੋਂ ਬਾਅਦ ਕਿਸੇ ਨੇ ਗੁਰੂ ਘਰ ਨੂੰ ਘਟਾਵਾਂ ਚੜਾਉਣੀਆਂ ਨੇ, ਚੰਗੀ ਨਸਲ ਦੇ ਘੋੜੇ, ਚੰਗੇ ਤੋਂ ਚੰਗਾ ਹਥਿਆਰ, ਵਧੀਆ ਕੀਮਤੀਆਂ ਜਵਾਨੀਆਂ ਗੁਰੂ ਘਰ ਨੂੰ ਭੇਟ ਕਰ ਲਿਆ। ਤੇ ਸੰਗਤ ਨੇ ਉਸ ਗੱਲ ਦੇ ਉੱਤੇ ਅਮਲ ਵੀ ਕੀਤਾ। ਕਹਿੰਦੇ ਮੁਗਲਾਂ ਤੋਂ ਬਿਨਾਂ ਘਰ ਦੇ ਵਿੱਚ ਕੋਈ ਵੀ ਹਥਿਆਰ ਨਹੀਂ ਰੱਖ ਸਕਦਾ। ਮਹਾਰਾਜ ਕਹਿੰਦੇ ਸ਼ਸਤਰ ਵਿਦਿਆ ਦਾ ਅਭਿਆਸ ਹੋਇਆ ਕਰੇਗਾ, ਮੁਗਲਾਂ ਤੋਂ ਬਿਨਾਂ ਕੋਈ ਵੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਇੱਕ ਘੋੜੇ ਦੀ ਗੱਲ ਕਰਦੇ, ਸਾਡਾ ਇੱਕ ਇੱਕ ਸਿੱਖ ਚਾਰ ਚਾਰ ਘੋੜੇ ਭਜਾ ਲਿਆ, ਕੋਈ ਢੋਲ ਦੇ ਉੱਤੇ ਡਗਾ ਨਹੀਂ ਲਾ ਸਕਦਾ। ਮਹਾਰਾਜ ਕਹਿੰਦੇ ਨਗਾਰੇ ਖੜਕਣਗੇ, ਕੋਈ ਸਿਰ ਦੇ ਉੱਤੇ ਪੱਗ ਨਹੀਂ ਬੰਨ ਸਕਦਾ। ਮਹਾਰਾਜ ਕਹਿੰਦੇ ਦੋ ਦੋ ਬੰਨਿਆ ਕਰਾਂਗੇ, ਦੁਮਾਲੇ ਸਜਾਇਆ ਕਰਾਂਗੇ, ਕਲੰਗੀਆਂ ਲਾਇਆ ਕਰਾਂਗੇ। ਦਿੱਲੀ ਦੇ ਤਖ਼ਤ ਦੇ ਵਿਰੋਧ ਦੇ ਵਿੱਚ ਇੱਕ ਵੱਖਰੇ ਤਖ਼ਤ ਦੀ ਸਿਰਜਣਾ ਕਰ ਦਿੱਤੀ, ਜਿਸ ਨੂੰ ਅੱਜ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਨਾਮ ਦੇ ਨਾਲ ਨਤਮਸਤਕ ਹੁੰਦੇ ਹਾਂ। ਸਾਨੂੰ ਝੁਕਾਉਣ ਦਾ ਯਤਨ ਕੀਤਾ ਗਿਆ, ਅਸੀਂ ਝੁਕੇ ਵੀ ਨਹੀਂ, ਅਸੀਂ ਰੁਕੇ ਨਹੀਂ, ਅਸੀਂ ਮੁੱਕੇ ਨਹੀਂ, ਅਸੀਂ ਝੁਕੇ ਨਹੀਂ। ਨੌਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਕਸ਼ਮੀਰ ਦੇ ਪੰਡਿਤ ਆਏ, ਰੋਂਦੇ ਕਰਲਾਉਂਦੇ ਕਿਰਪਾ ਦੱਤ ਦੀ ਅਗਵਾਈ ਦੇ ਵਿੱਚ ਆਣ ਕੇ ਫਰਿਆਦ ਕੀਤੀ, ਪਾਤਸ਼ਾਹ ਸਾਡੇ ਧਰਮ ਦੇ ਉੱਤੇ ਜ਼ੁਲਮ ਹੋ ਰਿਹਾ, ਔਰੰਗਜ਼ੇਬ ਧੱਕੇ ਦੇ ਨਾਲ ਜਿਹਨੇ ਉਲਾ ਰਿਹਾ, ਸਵਾ ਮਨ ਜਿਹਨੇ ਉਲਾ ਕੇ ਆਥਣ ਦੀ ਰੋਟੀ ਖਾਂਦਾ, ਸਾਨੂੰ ਮੋਮਣ ਬਣਾਇਆ ਜਾ ਰਿਹਾ। ਬਾਲ ਗੋਬਿੰਦ ਰਾਏ ਖੇਡਦੇ ਹੋਏ ਆਏ ਨੇ, ਸਵਾਲ ਕੀਤਾ ਪਿਤਾ ਜੀ ਇਹ ਕੌਣ ਲੋਕ ਨੇ, ਮੰਗ ਕੀ ਰਹੇ ਨੇ, ਇਹਨਾਂ ਦੀ ਮੁਰਾਦ ਪੂਰੀ ਕੀਤੀ ਜਾਵੇ। ਗੁਰੂ ਨਾਨਕ ਦੇ ਦਰ ਦੇ ਉੱਤੇ ਅੱਜ ਤੱਕ ਜੋ ਵੀ ਖਾਲੀ ਝੋਲੀ ਲੈ ਕੇ ਆਇਆ ਉਹਦੀ ਝੋਲੀ ਭਰੀ ਗਈ ਆ, ਇਹਨਾਂ ਦਾ ਵੀ ਦੁੱਖ ਜਿਹੜਾ ਦੂਰ ਕੀਤਾ ਜਾਵੇ। ਵਚਨ ਕੀਤਾ ਲਾਲ ਜੀ ਇਹ ਕਸ਼ਮੀਰ ਦੇ ਪੰਡਿਤ ਨੇ, ਇਹਨਾਂ ਨੂੰ ਧੱਕੇ ਦੇ ਨਾਲ ਮੂਵਮੈਂਟ ਬਣਾਇਆ ਜਾ ਰਿਹਾ, ਇਹਨਾਂ ਦਾ ਤਿਲਕ ਜੰਜੂ ਖਤਰੇ ਦੇ ਵਿੱਚ ਆ, ਕਹਿੰਦੇ ਖਤਰਾ ਟਲੇਗਾ। ਮਹਾਰਾਜ ਜੀ ਨੇ ਵਚਨ ਕੀਤਾ ਲਾਲ ਜੀ ਜੇਕਰ ਕੋਈ ਬਲੀ ਤਪਸਵੀ ਸੂਰਬੀਰ ਯੋਧਾ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਸੀਸ ਦਾ ਬਲੀਦਾਨ ਦੇਵੇ ਤੇ ਖਤਰਾ ਟਲੇਗਾ। ਆਖਿਆ ਪਿਤਾ ਜੀ ਆਪ ਜੀ ਤੋਂ ਵੱਡਾ ਇਸ ਧਰਤੀ ਦੇ ਉੱਤੇ ਬਲੀ ਤਪਸਵੀ ਸੂਰਬੀਰ ਯੋਧਾ ਕੌਣ ਹੋ ਸਕਦਾ, ਇਹ ਕੁਰਬਾਨੀ ਤੁਹਾਨੂੰ ਹੀ ਕਰਨੀ ਪਵੇਗੀ। ਮਹਾਰਾਜ ਜੀ ਨੇ ਤਿੰਨ ਸਿੱਖਾਂ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ। ਉਸ ਵਕਤ ਔਰੰਗਜ਼ੇਬ ਨੇ ਸਵਾਲ ਕਰ ਦਿੱਤਾ, ਕਹਿੰਦਾ ਸਾਨੂੰ ਪਤਾ ਤੁਹਾਡਾ ਇਹਨਾਂ ਦੇ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਤੁਹਾਡੇ ਪਹਿਲੇ ਪੀਰ ਗੁਰੂ ਨਾਨਕ ਦੇਵ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਤੁਹਾਡਾ ਖਾਣ ਪੀਣ, ਤੁਹਾਡਾ ਰਹਿਣ ਸਹਿਣ ਸਭ ਕੁਝ ਇਹਨਾਂ ਦੇ ਨਾਲ ਵੱਖਰਾ, ਪਾਠ ਪੂਜਾ ਵੱਖਰੀ, ਫਿਰ ਵੀ ਇਹਨਾਂ ਦਾ ਧਰਮ ਬਚਾਉਣ ਦੇ ਲਈ ਆਪਣੀ ਜਾਨ ਕਿਉਂ ਗਵਾਉਣਾ ਚਾਹੁੰਦੇ ਹੋ। ਮਹਾਰਾਜ ਜੀ ਨੇ ਵਚਨ ਕੀਤਾ ਔਰੰਗਜ਼ੇਬ ਜੇਕਰ ਉਸ ਵਕਤ ਅਸੀਂ ਧੱਕੇ ਦੇ ਨਾਲ ਜਨੇਊ ਪਹਿਨਿਆ ਨਹੀਂ ਨਾ, ਅੱਜ ਤੂੰ ਲਾਉਣ ਦੀ ਕੋਸ਼ਿਸ਼ ਕਰ ਰਹੇ, ਅਸੀਂ ਲੈਣ ਵੀ ਨਹੀਂ ਦਿੰਦੇ, ਸਾਡਾ ਵੈਰ ਕੇਵਲ ਜ਼ੁਲਮ ਦੇ ਨਾਲ ਆ, ਜਾਬਰ ਦੇ ਨਾਲ ਆ, ਕਿਸੇ ਧਰਮ ਦੇ ਨਾਲ ਨਹੀਂ, ਕਿਸੇ ਫਿਰਕੇ ਦੇ ਨਾਲ ਨਹੀਂ। ਜੇਕਰ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਦੇਖਣੀ ਹੋਵੇ ਤੇ ਸਰਹੰਦ ਸ਼ਹਿਰ ਦੀ ਧਰਤੀ ਸਾਡੇ ਤੋਂ ਬਹੁਤੀ ਦੂਰ ਨਹੀਂ, ਪੰਜਾਬ ਦੇ ਵਿੱਚ ਹੀ ਸਥਿਤ ਆ। ਜੇ ਇਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਪਾਤਸ਼ਾਹ ਨੇ, ਦਸਵੇਂ ਨਾਨਕ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਤੀਰ ਦੇ ਕੇ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਭੇਜਿਆ, ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ, ਸਾਹਿਬਜ਼ਾਦਾ ਬਾਬਾ ਅਕਾਲੀ ਫਤਿਹ ਸਿੰਘ ਸਾਹਿਬ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਰੋਸ ਵਜੋਂ ਪੂਰਾ ਸਰਹੰਦ ਸ਼ਹਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਸੀ। ਪਰ ਉਸ ਸ਼ਹਿਰ ਵਿੱਚ ਅੱਜ ਵੀ ਜਾ ਕੇ ਵੇਖੀਏ ਨਾ,
ਤੇ ਮੁਸਲਮਾਨ ਧਰਮ ਦੇ ਧਾਰਮਿਕ ਸਥਾਨ ਉਹਨਾਂ ਦੀਆਂ ਮਸਜਿਦਾਂ ਉਸੇ ਤਰ੍ਹਾਂ ਹੂਬਹੂ ਖਲੋਤੀਆਂ ਨੇ। ਇਹ ਸਭ ਤੋਂ ਵੱਡੀ ਧਰਮ ਨਿਰਪੱਖਤਾ ਦੀ ਮਿਸਾਲ ਆ, ਜਿਉਂਦਾ ਜਾਗਦਾ ਸਬੂਤ ਆ ਕਿ ਸਿੱਖ ਕਦੇ ਵੀ ਕਿਸੇ ਧਰਮ ਦਾ ਵਿਰੋਧੀ ਨਹੀਂ। ਜੋ ਚਾਹੇ ਇੱਥੇ ਜਕਰੀਆ ਖਾਨ ਵਰਗੇ ਆ ਕੇ ਪੋਸਟਰ ਲਾ ਦਿੰਦੇ ਆ, ਪੋਸਟਰਾਂ ਦੇ ਵਿੱਚ ਲਿਖਦੇ ਆ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਹੋ ਚੁੱਕਿਆ, ਜੇਕਰ ਅਜੇ ਵੀ ਕਿਸੇ ਨੂੰ ਸਿੱਖ ਜਿਉਂਦਾ ਦਿਸਦਾ ਤੇ ਉਹਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਨਗਦ ਇਨਾਮ ਦਿੱਤਾ ਜਾਊਗਾ। ਸਾਨੂੰ ਆਵਾਜ਼ ਪਹੁੰਚੀ ਆ ਝਾੜੀ ਦੇ ਵਿੱਚ ਲੁਕਿਆਂ ਬੈਠਿਆਂ ਨੂੰ, ਅਸੀਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਰੂਪ ਧਾਰਨ ਕੀਤਾ, ਨੂਰਦੀਨ ਦੀ ਸਰਾਂ ਕੋਲ ਨਾਕਾ ਲਾ ਦਿੱਤਾ, ਲਾਹੌਰ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਟੈਕਸ ਵਸੂਲਣਾ ਸ਼ੁਰੂ ਕਰਤਾ, ਤੇ ਨਾਲ ਹੀ ਚਿੱਠੀ ਲਿਖ ਕੇ ਮੁਗਲ ਹਕੂਮਤ ਨੂੰ ਭੇਜਤੀ। ਉਸ ਚਿੱਠੀ ਵਿੱਚ ਕੀ ਲਿਖਿਆ ਬਾਬਾ ਬੋਤਾ ਸਿੰਘ ਸਾਹਿਬ ਜੀ ਨੇ? ਚਿੱਠੀ ਲਿਖਤਮ ਸਿੰਘ ਬੋਤਾ, ਮੈਂ ਰਾਹ ਦੇ ਵਿੱਚ ਖਲੋਤਾ, ਮੇਰੇ ਹੱਥ ਵਿੱਚ ਸੋਟਾ ਮੋਟਾ, ਤੈਥੋਂ ਰਾਜ ਨਹੀਂ ਹੋਤਾ, ਆਨਾ ਲਾਇਆ ਗੱਡੇ ਨੂੰ ਤੇ ਟਕਾ ਲਾਇਆ ਖੋਤਾ, ਤੂੰ ਦਰਗਹਿ ਜਾਏਗਾ ਰੋਤਾ, ਜੱਕੇ ਦੀ ਭਾਬੋ ਖਾਨੋਂ ਤੇਰਾ ਦੇਵਰ ਹੈ ਸਿੰਘ ਬੋਤਾ। ਖਤਮ ਨਹੀਂ ਹੋਏ, ਮੱਸੇ ਰੰਗੜ ਵਰਗੇ ਆਏ ਸਾਡੇ ਪਾਵਨ ਸਥਾਨ ਦੇ ਉੱਤੇ ਕਬਜ਼ਾ ਕਰਕੇ, ਦਰਬਾਰ ਸਾਹਿਬ ਦੇ ਵਿੱਚ ਕਬਜ਼ਾ ਕਰਕੇ, ਨਾਚੀਆਂ ਦੇ ਨਾਚ ਨਚਾਈ, ਸ਼ਰਾਬ ਦੇ ਪਿਆਲੇ ਚਲਾਏ। ਸਾਨੂੰ ਆਵਾਜ਼ ਪਹੁੰਚੀ ਆ ਬੁੱਢਾ ਜੋੜ ਦੀ ਧਰਤੀ ਤੇ ਬੈਠਿਆਂ ਬੀਕਾਨੇਰ ਤੋਂ ਚੱਲ ਕੇ ਆਏ ਸੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਣ ਕੇ, ਮੱਸੇ ਰੰਗੜ ਦਾ ਸਿਰ ਵੱਢ ਕੇ ਦੋ ਖੁੰਡੀ ਖੇਡਦੇ ਬੀਕਾਨੇਰ ਵਾਲੇ। ਖਤਮ ਨਹੀਂ। ਮੀਰ ਮੰਨੂ ਆਇਆ, ਮੀਰ ਮੰਨੂ ਦੇ ਮਨ ਦੇ ਵਿੱਚ ਖਿਆਲ ਆਇਆ, ਕਹਿੰਦਾ ਜੇਕਰ ਸਿੱਖਾਂ ਨੂੰ ਜੰਮਣ ਵਾਲੀਆਂ ਕੁੱਖਾਂ ਖਤਮ ਕਰ ਦਿੱਤੀਆਂ ਜਾਣ ਤੇ ਸਿੱਖ ਜੰਮਣੇ ਬੰਦ ਹੋ ਜਾਣਗੇ। ਉਹਨੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਬੱਚਿਆਂ ਸਮੇਤ ਚੁੱਕ ਕੇ ਤੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ, ਸਵਾ ਸਵਾ ਮਨ ਦੇ ਪੀਸਣੇ ਪਸਾਏ, ਖੰਨਾ ਖੰਨਾ ਪ੍ਰਸ਼ਾਦਾ ਦਿੱਤਾ ਗੁਰਮੁਖੋ, ਇੱਕ ਪ੍ਰਸ਼ਾਦਾ, ਇੱਕ ਪ੍ਰਸ਼ਾਦੇ ਦਾ ਅੱਧਾ ਹਿੱਸਾ, ਅੱਧੇ ਹਿੱਸੇ ਤੋਂ ਵੀ ਅੱਧਾ ਹਿੱਸਾ ਜਿਹਨੂੰ ਅਸੀਂ ਚੌਥਾ ਹਿੱਸਾ ਕਹਿੰਦੇ ਆ, ਉਹ ਸਾਡੀਆਂ ਮਾਤਾਵਾਂ ਨੂੰ ਦਿੱਤਾ, ਤੇ ਇੱਕ ਇੱਕ ਪਿਆਲਾ ਪਾਣੀ ਦਾ, ਤੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਹਾਰ ਪਰੋ ਕੇ ਗਲਾਂ ਦੇ ਵਿੱਚ ਪਾਏ। ਤੇ ਸਾਡੀਆਂ ਮਾਵਾਂ ਨੇ ਅਰਦਾਸਾਂ ਪਤਾ ਕੀ ਕੀਤੀਆਂ, ਸੱਚੇ ਪਾਤਸ਼ਾਹ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਤੇਰੇ ਭਾਣੇ ਅੰਦਰ ਰਹਿਣ ਆਈ ਆ ਸੁੱਖਾਂ ਦੀ ਬਤੀਤ, ਪੁੱਤਰਾਂ ਦੇ ਟੁਕੜੇ ਆ ਝੋਲੀਆਂ ਦੇ ਵਿੱਚ, ਹਾਰਿਆ ਗਲਾਂ ਦੇ ਵਿੱਚ, ਕੁਝ ਬੱਚੇ ਅੱਖਾਂ ਦੇ ਸਾਹਮਣੇ ਨੇਜਾਂ ਦੇ ਉੱਤੇ ਭੜਕਾ ਭੜਕਾ ਕੇ ਸ਼ਹੀਦ ਕੀਤੇ ਜਾ ਰਹੇ ਆ, ਤੇ ਮਾਵਾਂ ਆਖਦੀਆਂ ਦਿਨ ਸੁੱਖਾਂ ਦਾ ਬਤੀਤ ਹੋਇਆ। ਇਹ ਕੇਵਲ ਸਾਡੇ ਧਰਮ ਦੇ ਵਿੱਚ ਹੋਇਆ, ਇਹ ਕੇਵਲ ਸਿੱਖ ਧਰਮ ਦੇ ਵਿੱਚ ਹੋਇਆ, ਤੇ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ ਕਿ ਅਸੀਂ ਸਿੱਖ ਧਰਮ ਦੇ ਵਿੱਚ ਜਨਮੇ ਆ। ਅਸੀਂ ਉਹ ਜਿਹੜੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾ ਕੇ ਲੈ ਕੇ ਆਉਂਦੇ ਰਹੇ ਹਾਂ। ਇਹ ਇਤਿਹਾਸ ਸਾਡੇ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ ਪੜ੍ਹਾਇਆ ਨਹੀਂ, ਪੜ੍ਹਾਉਣਾ ਚਾਹੀਦਾ ਸੀ, ਤੇ ਪੜ੍ਹਾਇਆ ਕੀ ਗਿਆ? ਹੀਰ ਰਾਂਝੇ ਦੇ ਕਿੱਸੇ, ਮਿਰਜ਼ੇ ਸਾਹਿਬਾਂ ਦੇ ਕਿੱਸੇ, ਸਕੂਲਾਂ ਦੇ ਵਿੱਚ ਵੀ ਆਹੀ ਕੁਝ ਪੜ੍ਹਾਇਆ ਜਾਂਦਾ, ਤੇ ਜਿਹਦਾ ਨਤੀਜਾ ਫਿਰ ਸਾਨੂੰ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਸੀ, ਆਪਣੇ ਆਲੇ ਦੁਆਲੇ ਵੇਖ ਸਕਦੇ। ਸਾਨੂੰ ਦੱਸਣਾ ਕੀ ਚਾਹੀਦਾ ਸੀ ਸਾਡੇ ਬੱਚਿਆਂ ਨੂੰ ਕਿ ਅਸੀਂ ਉਹ ਜਿਨ੍ਹਾਂ ਨੇ 10-10 ਲੱਖ ਦੇ ਨਾਲ ਮੁਕਾਬਲਾ ਕੀਤਾ ਏ, ਸਾਡੀ ਗਿਣਤੀ ਉਸ ਵਕਤ 40 ਸੀ। ਅਸੀਂ ਉਹ ਜਿਨ੍ਹਾਂ ਨੂੰ ਅਬਦਾਲੀ ਚਿੱਠੀਆਂ ਲਿਖਦਾ, ਗੁਰਮੁਖੋ ਯਾਦ ਰੱਖਿਓ, ਅਬਦਾਲੀ ਨੂੰ ਪਾਣੀਪਤ ਦੀ ਲੜਾਈ ਤੋਂ ਪਹਿਲਾਂ ਮਰਹੱਟਿਆਂ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਕਿ ਅਸੀਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ, ਤੇ ਅਬਦਾਲੀ ਕਹਿੰਦਾ ਮੈਨੂੰ ਲੜਨਾ ਆਉਂਦਾ, ਸਮਝੌਤਿਆਂ ਦੀ ਗੱਲ ਮੇਰੇ ਨਾਲ ਨਾ ਕਰੋ। ਤੇ ਕੱਲ ਨੂੰ ਆਣ ਦੀ ਸ਼ਮ ਦੇ ਘੱਲੂ ਘਾਰੇ ਤੋਂ ਬਾਅਦ ਜਿੱਥੇ 35,000 ਸਿੱਖ ਇੱਕੋ ਦਿਨ ਸ਼ਹੀਦ ਹੋ ਜਾਂਦਾ ਏ, ਤੇ ਬਚਦੇ ਸਿੱਖ ਸੋਦਰ ਦਾ ਪਾਠ ਕਰਕੇ ਆਥਣ ਵੇਲੇ ਅਰਦਾਸ ਕੀ ਕਰਦੇ ਆ? ਸੱਚੇ ਪਾਤਸ਼ਾਹ ਤੇਰੇ ਭਾਣੇ ਅੰਦਰ ਦਿਨ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਇਆ, ਤੇ ਰਹਿਣ ਆਈ ਆ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਵੇ।
35,000 ਸਿੱਖ ਸ਼ਹੀਦ ਹੋਇਆ। ਸਿੰਘ ਆਖਦੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਵੇ। ਘੱਲੂ ਕਰਨ ਤੋਂ ਬਾਅਦ ਅਬਦਾਲੀ ਖੁਦ ਖਾਲਸਾ ਪੰਥ ਨੂੰ ਚਿੱਠੀ ਲਿਖਦਾ ਏ, ਕਹਿੰਦਾ ਮੈਂ ਖਾਲਸੇ ਦੇ ਨਾਲ ਸਮਝੌਤਾ ਕਰਨਾ ਚਾਹੁੰਦਾ ਏ ਤੇ ਅਬਦਾਲੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਣੀ। ਚਿੱਠੀ ਲਿਖਦੇ ਆ ਮੋੜਵੀਂ, ਜਵਾਬ ਲਿਖਦੇ ਆ, ਜਵਾਬ ਵਿੱਚ ਕੀ ਲਿਖਦੇ ਆ ਅਬਦਾਲੀਆ, ਲਾਸ਼ਾਂ ਦੇ ਢੇਰ ਦੇ ਉੱਤੇ ਖਲੋ ਕੇ, ਮਲਵਿਆਂ ਦੇ ਢੇਰ ਦੇ ਉੱਤੇ ਖਲੋ ਕੇ ਸਮਝੌਤਿਆਂ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ, ਤੈਨੂੰ ਜੰਗ ਦੇ ਮੈਦਾਨ ਦੇ ਵਿੱਚ ਸੱਜਰੇ ਸ਼ਰੀਕ ਬਣ ਕੇ ਟੱਕਰਾਂਗੇ। ਇਹ ਸਾਡੇ ਸੂਰਮਿਆਂ ਦਾ ਇਤਿਹਾਸ, ਇਹ ਸਾਡੇ ਪੁਰਖਿਆਂ ਦਾ ਇਤਿਹਾਸ, ਸਾਡਾ ਇੱਕ ਇੱਕ ਸਿੱਖ ਬਾਬਾ ਹਾਠੂ ਸਿੰਘ ਵਰਗਾ ਅਬਦਾਲੀ ਨੂੰ ਮਾਰਨ ਦੇ ਲਈ ਚੜ੍ਹ ਜਾਂਦਾ ਹੈ। ਅਸੀਂ ਉਹਨਾਂ ਸੂਰਮਿਆਂ ਦੇ ਵਾਰਸ ਹਾਂ, ਅਸੀਂ ਉਹਨਾਂ ਜਰਨੈਲਾਂ ਦੇ ਵਾਰਸ ਹਾਂ, ਬਾਬੇ ਬਘੇਲ ਸਿੰਘ ਵਰਗਿਆਂ ਦੇ, ਜਿਨ੍ਹਾਂ ਨੂੰ ਇਹ ਵੀ ਮਹਿਸੂਸ ਹੁੰਦਾ ਸੀ ਜੇਕਰ ਮੈਂ ਪਿੱਛੇ ਸਿੰਘਾਂ ਨੂੰ ਆਵਾਜ਼ ਮਾਰਨ ਚਲਿਆ ਗਿਆ ਨਾ, ਜਦੋਂ ਘੇਰਾ ਪਿਆ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਨੂੰ ਤੇ ਜਕਾਰਾ ਲਾ ਦਿੱਤਾ ਬਾਬਾ ਬਘੇਲ ਸਿੰਘ ਸਾਹਿਬ ਜੀ ਨੇ, ਸਵੇਰੇ ਜੰਗਲ ਪਾਣੀ ਨੂੰ ਨਿਕਲੇ ਸੀ, ਫੌਜਾਂ ਨੇ ਆਣ ਕੇ ਘੇਰਾ ਪਾ ਲਿਆ। ਸੋਚਿਆ ਮਨ ਦੇ ਵਿੱਚ ਜੇ ਮੈਂ ਸਿੰਘਾਂ ਨੂੰ ਪਿੱਛੇ ਆਵਾਜ਼ ਮਾਰਨ ਚਲਿਆ ਗਿਆ ਡੇਰੇ ਦੇ ਵਿੱਚ, ਤੇ ਸਿੰਘਾਂ ਦੇ ਮਨ ਦੇ ਵਿੱਚ ਕਿਤੇ ਇਹ ਨਾ ਜਾਵੇ ਕਿ ਬਘੇਲ ਸਿੰਘ ਡਰਦਾ ਨੱਸਿਆ ਆ, ਡਰਦਾ ਭੱਜਿਆ ਆ, ਤੇ ਜਕਾਰਾ ਲਾ ਦਿੱਤਾ ਫੌਜਾਂ ਨੂੰ, ਕਹਿੰਦਾ ਇੱਧਰ ਆਓ। ਫੌਜੀ ਕਹਿੰਦੇ ਵੀ ਜਿਹਦੇ ਕਰਕੇ ਇੱਥੇ ਆ ਸਾਰੀ ਪਵਾੜੇ ਦੀ ਜੜ ਤਾਂ ਆ ਏ, ਜੇ ਇਹਨੂੰ ਮਾਰ ਲਿਆ ਤੇ ਸਾਰਾ ਮਸਲਾ ਹੀ ਖਤਮ ਹੋ ਜੂ, ਅੱਧੀ ਲੜਾਈ ਤਾਂ ਆਪਾਂ ਇਸ ਇੱਕ ਨੂੰ ਮਾਰਨਾ ਤੇ ਮਾਰ ਕੇ ਜਿੱਤ ਲਵਾਂਗੇ। ਅਸੀਂ ਉਹਨਾਂ ਦੇ ਵਾਰਸ ਹਾਂ, ਰਹੋ ਵਿਚਾਰ। ਮੀਰ ਮਨੂ ਦੇ ਮਨ ਦੇ ਵਿੱਚ ਖਿਆਲ ਆਇਆ ਤੇ ਸਾਡੀਆਂ ਮਾਤਾਵਾਂ ਭੈਣਾਂ ਦੇ ਉੱਤੇ ਅਤਿਆਚਾਰ ਕੀਤੇ, ਇੱਕ ਮਾਂ ਦੀ ਝੋਲੀ ਦੇ ਵਿੱਚ ਬੱਚੇ ਦੇ ਟੁਕੜੇ ਪਏ ਤੇ ਪਹਿਰੇਦਾਰ ਨੂੰ ਆਵਾਜ਼ ਮਾਰਦੀ, ਕਹਿੰਦੀ ਵੀਰਾ ਗੱਲ ਸੁਣੇਗਾ। ਉਹ ਨਾਲ ਦੇ ਸਿਪਾਹੀ ਦੇ ਨਾਲ ਸਲਾਹ ਕਰਦਾ, ਕਹਿੰਦਾ ਜਾਵਾਂ ਕਿ ਨਾ ਜਾਵਾਂ, ਬੀਬੀ ਆਵਾਜ਼ ਮਾਰਦੀ ਆ, ਕਹਿੰਦਾ ਜਾ ਚੱਲਿਆ ਜਾ, ਆਪਾਂ ਵੀ ਮੀਰ ਮਨੂ ਦੇ ਨਾਲ ਰਹਿ ਰਹਿ ਕੇ ਉਹਦੇ ਵਰਗੇ ਜਲਾਦ ਬਣਦੇ ਜਾਂਦੇ, ਜੇ ਉਹਨੇ ਪਾਣੀ ਦੀ ਘੁੱਟ ਮੰਗੀ ਨਾ ਤਾਂ ਪਿਆ ਦੇਵੀ, ਜੇ ਕੁਝ ਖਾਣ ਨੂੰ ਮੰਗਿਆ ਤਾਂ ਦੇ ਦੇਵੀ, ਕੀ ਪਤਾ ਕੋਈ ਪਾਪ ਧੋਤਾ ਜਾਵੇ। ਵਾਪਸ ਆਇਆ ਮਾਤਾ ਕੋਲੇ ਜਾ ਕੇ ਤੇ ਰੋ ਰਿਹਾ, ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ, ਕਹਿੰਦਾ ਕੀ ਹੋ ਗਿਆ ਰੋਈ ਜਾਂਦਾ। ਕਹਿੰਦਾ ਯਾਰ ਮੈਂ ਲੋਕਾਂ ਦੇ ਕੋਲੋਂ ਸੁਣਿਆ ਸੀ ਕਿ ਇਹਨਾਂ ਦੇ ਪੀਰ ਨੇ ਕੁਝ ਇਹੋ ਜਿਹਾ ਘੋਲ ਕੇ ਪਿਆਇਆ ਏ, ਇਹਨਾਂ ਨੂੰ ਨਾ ਤਾਂ ਜੰਮੇ ਦੀ ਖੁਸ਼ੀ ਹੁੰਦੀ ਹੈ ਤੇ ਨਾ ਮਰੇ ਦਾ ਗਮ ਹੀ ਹੁੰਦਾ, ਇਹਨਾਂ ਨੂੰ ਆਪਦੀ ਔਲਾਦ ਦੇ ਨਾਲ ਵੀ ਕੋਈ ਮੋਹ ਨਹੀਂ ਹੈਗਾ। ਕਹਿੰਦਾ ਤੂੰ ਦੱਸ ਤਾਂ ਸੀ ਹੋਇਆ ਕੀ ਆ, ਕਹਿੰਦਾ ਜੋ ਮੈਂ ਦੇਖ ਕੇ ਆਇਆ ਨਾ ਉਹ ਇੱਕ ਵੱਖਰਾ ਨਜ਼ਾਰਾ ਸੀ। ਕਹਿੰਦਾ ਦੱਸ ਤਾਂ ਸੀ ਹੋਇਆ ਕੀ, ਕਹਿੰਦਾ ਉਸ ਮਾਤਾ ਨੇ ਆਖਿਆ ਵੀਰਾ ਆ ਜਿਹੜੇ ਮੇਰੀ ਝੋਲੀ ਦੇ ਵਿੱਚ ਬੱਚੇ ਦੇ ਟੁਕੜੇ ਪਏ ਆ ਨਾ ਇਹ ਮੇਰੇ ਪੁੱਤਰ ਦੇ ਨੀ, ਉਹ ਸਾਹਮਣੇ ਵਾਲੀ ਬੀਬੀ ਦੇ ਆ, ਤੇ ਜਿਹੜੇ ਉਹਦੀ ਝੋਲੀ ਵਿੱਚ ਪਏ ਉਹ ਮੇਰੇ ਪੁੱਤਰ ਦੇ ਆ, ਜਲ ਜਾ ਕੇ ਉਹਦੀ ਝੋਲੀ ਵਿੱਚ ਰੱਖਿਆ ਤੇ ਉਹਦੇ ਵਾਲੇ ਮੇਰੀ ਝੋਲੀ ਵਿੱਚ ਲਿਆ ਕੇ ਰੱਖ ਦੇ, ਤੁਸੀਂ ਭੁਲੇਖੇ ਨਾ ਰੱਖ ਬੈਠੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜਿਹੀਆਂ ਸਦਕੀ ਮਾਵਾਂ ਸਦਕੀ ਕੁੱਖਾਂ ਜਿਸ ਕੌਮ ਵਿੱਚ ਹੋਣ ਉਹ ਕੌਮਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ, ਜਿਵੇਂ ਜਿਵੇਂ ਜਾਬਰ ਨੇ ਸਾਨੂੰ ਖਤਮ ਕਰਨ ਦਾ ਜ਼ੋਰ ਲਾਇਆ ਅਸੀਂ ਆਪਣੇ ਆਪ ਨੂੰ ਨਿਖਾਰ ਕੇ ਪੇਸ਼ ਕੀਤਾ। ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਵਣ ਕਰੀਏ। ਜਾਬਰ ਜ਼ੁਲਮ ਕਮਾ ਗਏ ਲਾ ਕਰੇ ਆਪਣਾ ਜ਼ੋਰ, ਪਰ ਸਿੱਖ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋਰ ਇਹ ਗੱਲ ਤਵਾਰੀਖ
ਨੇ ਮਾਨੀ ਨਾਨਕ ਸਿੱਖ ਧਰਮਾਂ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਧੀ ਹਾਰ ਗਿਆ ਜੀ ਮਾਰੇ ਮਰਦ ਕੱਟ ਕਰ ਕੰਡੀਆਂ ਹੋਈਆਂ ਸੱਜਵੇਂ ਆਈਆਂ ਰੰਡੀਆਂ ਏਤੀ ਮਾਰ ਪਈ ਗੁਰਲਾ ਨੇ ਮਿੱਠੇ ਗੁਰ ਕਰ ਮਨ ਲੈ ਭਾਣੇ ਜੋ ਵਰਤਾ ਕਰਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਹੋਵੇ ਗਲ ਤਵਾਰੀਖ ਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਧੀ ਹਾਰ ਗਿਆ ਜੀ ਮਾਰੇ ਮਰਦ ਕੱਟ ਕਰ ਕੰਡੀਆਂ ਹੋਈਆਂ ਸੱਜਵੇਂ ਆਈਆਂ ਰੰਡੀਆਂ ਏਤੀ ਮਾਰ ਪਈ ਕੁਰਲਾ ਨੇ ਮਿੱਠੇ ਗੁਰ ਕਰ ਮਨ ਲੈ ਭਾਣੇ ਜੋ ਵਰਤਾ ਕਰਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਕਾਰ ਦਿੱਤੇ ਪੁੱਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਿਰ ਰਾਜ ਹਮਾਯੂ ਕਰ ਗਿਆ ਅਕਬਰ ਰਾਜ ਸਮੇਂ ਖੁਸ਼ ਪਰ ਜਾ ਉਸ ਨੂੰ ਮਿਲਿਆ ਨੇਕ ਦਾ ਦਰਜਾ ਆਦਤ ਛੱਡ ਗਿਆ ਘੋੜਾਂ ਦੀ ਹਿੰਦੂਆਂ ਨਾਲ ਜੋੜ ਲਏ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰ ਕੰਮਿਆ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਸਵਰ ਸੀ ਸਿੱਖਾਂ ਖਿਲਾਫ ਰਿਹਾ ਕਨ ਪਰ ਸੀ ਚੰਦੂ ਦੀ ਗੁਫਤਾਰ ਦੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਕਾਰ ਦਿੱਤੇ ਉਹ ਚੰਦੂ ਲਗਰ ਸਖੀ ਦੀ ਡੁੰਗਲੀ ਲਾਤੀ ਮੁਗਲ ਭੂਪ ਨੂੰ ਉਂਗਲੀ ਖਾਂਦਾ ਮੁਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇ ਹੇਠਾਂ ਅਗਨ ਸੀਸ ਵਿੱਚ ਰੇਤਾ ਗਰਮ ਪਵਾਤਾ ਪਾਪੀ ਨੇ ਜੀ ਅਗਨੇ ਜਿਸਮ ਬਣਾਤਾ ਕੋਲਾ ਭਜਵੇ ਗੁਰੂ ਛੱਡ ਗਏ ਚੋਲਾ ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਪੇ ਮਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਛੇਵੇਂ ਗੁਰੂ ਨਦੀਨ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਸ਼ਿਕਾਰ ਮਾਣ ਦੇ ਮੌਜ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾ ਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛੱਕੇ ਛੜਾ ਤੇ ਮੁਗਲਾਂ ਦੇ ਇਕਤਾ ਕਰੀ ਵਾਰ ਸਿੰਘ ਪਾਵਰ ਤਖਤੀ ਅਕਾਲ ਉਸਾਰਿਆ ਟਾਵਰ ਉਸ ਤਾਂ ਸਤਿਗੁਰ ਲਾਉਣ ਕਚਹਿਰੀ ਕਰਦੇ ਆਪਣੇ ਆਦਾ ਸ਼ਹਿਰੀ ਸਭ ਦੇ ਕਾਜ ਸਵਾਰ ਦਿੱਤੇ ਜਦ ਵੀ ਜ਼ੁਲਮ ਸਿਖਾਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਔਰੰਗਜ਼ੇਬ ਸੰਭਾਲਿਆ ਤਖਤ ਵਧ ਗਏ ਜਬਰ ਜ਼ੁਲਮ ਦੇ ਲਖਤੈ ਹਿੰਦੂਆਂ ਜਬਰਨ ਮੋਮਣ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ ਫਿਫਟੀ ਸੇਰ ਜਨੇਊ ਲਾ ਕੇ ਮਗਰੋਂ ਛਕਦਾ ਰੋਟੀ ਸੀ ਜੀ ਅਫਗਨ ਸ਼ੇਰ ਲਗਾ ਤੇ ਲਾਬੂ ਕਰਦੇ ਬਿਪ ਕਸ਼ਮੀਰੀ ਕਾਬੂ ਆ ਗਏ ਤੇਗ ਬਹਾਦਰ ਪਾਸੇ ਮਨ ਕੇ ਬਿਪਰਾਂ ਦੀ ਅਰਦਾਸ ਉਹਨਾਂ ਨੇ ਸਰਵਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾ ਦਿੱਤੇ ਉਹ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ਠਾਠ ਬਣਾ ਲਿਆ ਸਾਰਾ ਖੜਕੇ ਨਿਤਰਨ ਜੀਤ ਨਗਾਰ ਸਿਰ ਤੇ ਸੁੰਦੀ ਕਲਗੀ ਸੀ ਬਾਈ ਤਾਰ ਨਰੇਸ਼ਾਂ ਦੀ ਹਿੱਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਾਹਿਬ ਹਰਾ ਕੇ ਰਾਜੇ ਅੰਮ੍ਰਿਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਪੁੱਤ ਚਾਰੇ ਭਾਰਤ ਵਰਸ਼ੀ ਤੋਂ ਦੀਵਾਰ ਕਰਜੇ ਸਿਰੋਂ ਉਤਾਰ ਦਿੱਤੇ
ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਪਹੁੰਚਣ ਦੇੜ ਤਿਆਗਿਆ ਚੋਲਾ ਮਾਧੋ ਦਾਸ ਕਰਿਆ ਵਸ ਭੋਲਾ ਬਖਸ਼ੀ ਬੂੰਦ ਅਮੀ ਦੀ ਤੁਦਨੋ ਤਰਫ ਪੰਜਾਬ ਤੋਰਿਆ ਯੁੱਧ ਨੂੰ ਦੇ ਕੇ ਸੈਨਾ ਜਿੰਨਾ ਦੀ ਸਰਹੰਦ ਬਨੂੜ ਸੰਢੋਰਾ ਇਤ ਇਤ ਕਰਤੀ ਤਿੰਨਾ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਬੜ ਤੇ ਮੁਗਲ ਜਿਵੇਂ ਜਲ ਚੜੀਆਂ ਗੰਗੂ ਅਤੇ ਸੁਜਾਨਨ ਝੁਕਿਆ ਡੰਡਾ ਸਨੇ ਵਜੀਦ ਝੁਕਿਆ ਕੁਲਾਸ਼ ਤੈਨੀ ਮਾਰ ਦੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦੇ ਬੰਦਾ ਬਹਾਦਰ ਕਾਫੀ ਲੜਿਆ ਜਾ ਗੁਰਦਾਸ ਨੰਗਲ ਤੋਂ ਫੜਿਆ ਪਿੰਜਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਬੈਲੀ ਕਰਤੇ ਕਤਲ ਜਲਾਦਾ ਨੇ ਮੰਨੀ ਈ ਨਦੀਨ ਗੁਰੂ ਦੇ ਸੱਚੇ ਮਜਾਜਾ ਨੇ ਜੀ ਬੜੀਆਂ ਫੇਰ ਟਵੈਲ ਮਿਸਲਾ ਫਿਰਦੇ ਸਿੰਘ ਵਜਾਉਂਦੇ ਵਿਸਲਾ ਲੁਕ ਛੁਪ ਰਹਿਣ ਮਾਰਦੇ ਡਾਕੇ ਪਾਤੇ ਸੂਪਿਆਂ ਦੇ ਗਲ ਸਿਆਪੇ ਉਹਨਾਂ ਸੁਟਾ ਸਿਆਦ ਤੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਹੋ ਗਿਆ ਤੇਜ ਜ਼ੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰ ਬਹੁਤੇ ਚਰਖੜੀਆਂ ਤੇ ਚਾੜੇ ਨਿਆਣੇ ਨੇਜਾਂ ਤੇ ਟੰਗਪਾੜ ਕੁਛੜੋ ਖੋ ਕੇ ਮਾਵਾਂ ਦਿਓ ਤਾਂ ਚਤ ਸਾਡਾ ਰਾਜੀ ਜੇਕਰ ਉੱਤਰ ਸਾਵਾਂ ਦਿਓ ਜੀ ਪੈ ਗਏ ਮੁਗਲ ਮਗਰ ਹੱਥ ਧੋ ਕੇ ਸ਼ਹਿਰ ਪਿੰਡਾਂ ਵਿੱਚ ਹੋ ਕੇ ਸਿੱਖ ਦਾ ਜੋ ਸਿਰ ਵੱਢ ਕੇ ਲਿਆਓ ਅੱਸੀ ਨਗਦ ਰੁਪਈਏ ਪਾਓ ਤਾਂ ਤਾਂ ਲਾ ਇਸ਼ਤਿਹਾਰ ਦਿੱਤੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਅਹਿਮਦ ਸ਼ਾਹ ਤੇ ਨਾਦਰ ਸੁੱਲੇ ਕਰ ਗਏ ਜ਼ੁਲਮ ਸਿੱਖਾਂ ਤੇ ਖੁੱਲੇ ਸਿੱਖ ਕੌਮ ਦੀ ਜੜ ਨੂੰ ਪਟਦਾ ਢਾ ਹਰਿਮੰਦਰ ਸੁਨਹਿਰੀ ਅਟਦਾ ਕਰੀ ਬੇਅਦਬੀ ਗੁਰ ਕਰਦੀ ਮੱਸਾ ਰੰਗੜਨ ਜਾਵੇ ਗਣਕਾ ਪੈਣ ਨਵਾਬਾਂ ਦੀ ਵਰਦੀ ਜੀ ਖਬਰਾਂ ਹੋਈਆਂ ਬੁੱਟੇ ਜੋੜੇ ਤੁਰਪੇ ਦੋ ਅਣਖੀਲੇ ਕੌੜ ਰਹਿ ਗਿਆ ਮੁਗਲਾਂ ਦਾ ਮੂੰਹ ਅੱਡਿਆ ਸੁਣ ਕੇ ਸਿਰ ਮੱਸੇ ਦਾ ਵੱਡਿਆ ਕਿਧਰੇ ਸਾਜ ਕਲਾਰ ਦੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦੇ ਅੜ ਕੇ ਲੈਣ ਮੁਗਲ ਨਾਲ ਟੇਟਾ ਨਿਤਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾਂ ਟੋਰੇ ਕਬਜ਼ਾ ਕਰ ਲਿਆ ਸ਼ਹਿਰ ਲਾਹੌਰ ਉਸ ਤੇ ਦਿਆਲੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜੀ ਜਤਲੇ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਤੀ ਸੇਵਾ ਭਾਵ ਬੜਾ ਸੀ ਅੰਦਰ ਮਰਦਾ ਸੋਹਣੇ ਸੇ ਹਰਿਮੰਦਰ ਬੁੰਗੇ ਨਵੇਂ ਉਸਾਰ ਤੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦੇ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਕਰਾਜ ਉਸਰ ਕੇ ਟਹਿ ਗਿਆ ਦਿੱਲੀਓ ਆ ਗਏ ਗੋਰੇ ਚੜ ਕੇ ਲੈ ਗਏ ਕੁਵਰ ਨਿਆਣਾ ਫੜ ਕੇ ਛਿਪ ਚੜਾਤਾ ਗੋਰਿਆਂ ਨੇ ਜਿੰਦਾ ਰਾਣੀ ਨੂੰ ਵੀ ਜੇਲ ਚ ਪਾਤਾ ਗੋਰਿਆਂ ਨੇ ਜੀ ਫੇਰ ਫਰੰਗੀਆਂ ਜ਼ੁਲਮ ਵਧਾਤੇ ਕੂਕੇ ਤੋਪਾਂ ਨਾਲ ਉਡਾਤੇ ਜੈਤੋ ਅਤੇ ਗੁਰੂ ਕੇ ਬਾਗੇ ਕਰਗੀ ਭਸਮ ਸਿਕਾ ਨੂੰ ਆ ਗਏ ਜ਼ੁਲਮੀ ਭਾਂਬੜ ਠਾਰ ਦੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ ਹੋਰ ਨਿਖਾਰ ਦੇ ਸਿੰਘੋ ਹੁਣ ਵੀ ਨਾ ਘਬਰਾਓ ਬਿਰਤੀ ਗੁਰ ਚਰਨਾ ਨਾਲ ਲਾਓ ਜ਼ੋਰ ਵਖਾਤਾ ਜ਼ੋਰਾ ਵਰਨੇ ਥੋਡੇ ਇਸੇ ਨੇ ਦੁੱਖ ਹਰਨੇ ਸਹੀ ਪਤਾ ਦੂ ਰਸਤੇ ਨੂੰ ਸਤਿਗੁਰ ਦੇ ਮਦਰਸੇ ਆ ਜੋ ਬਲ ਕੇ ਬਸਤੇ ਨੂੰ ਜੀ ਹੁਣ ਤਾਂ ਸਵਾ ਫਰਖ ਦਾ ਆਇਆ ਸ਼੍ਰੀ ਅਕਾਲ ਤਖ਼ਤ ਨੂੰ ਢਾਇਆ ਮਰ ਗਏ ਸਿੰਘ ਬੜੇ ਨਰਦੋਸ਼ੇ ਬਾਬੂ ਕੁਲ ਫਿਰਦੇ ਅਫਸੋਸੇ ਹਾਂ ਦੇ ਨਾਰੇ ਮਾਰਦੇ ਜਦ ਵੀ ਜ਼ੁਲਮ ਸਿਕਾਉਂਦੇ ਹੋਏ ਜ਼ੁਲਮ ਨੇ
ਕਰੀ ਤੇ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅਸੀਂ ਕਦੇ ਖਤਮ ਨਹੀਂ ਹੋ ਸਕਦੇ ਚਾਹੇ ਜਿੰਨਾ ਮਰਜ਼ੀ ਸਰਕਾਰਾਂ ਨੇ ਜ਼ੋਰ ਲਾ ਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਬੇਵਕਤੀ ਮੌਤ ਤੋਂ ਬਾਅਦ ਇਸ ਦੇਸ਼ ਦੇ ਉੱਤੇ ਆਨ ਕਰਕੇ ਬ੍ਰਿਟਿਸ਼ ਗਵਰਨਮੈਂਟ ਅੰਗਰੇਜ਼ ਹਕੂਮਤ ਨੇ ਕਬਜ਼ਾ ਕਰ ਲਿਆ ਤੇ ਅੰਗਰੇਜ਼ਾਂ ਹੱਥੋਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਜਦੋਂ ਗੋਰੀ ਸਰਕਾਰ ਇਸ ਦੇਸ਼ ਨੂੰ ਛੱਡ ਕੇ ਚਲੀ ਜਾਂਦੀ ਹੈ ਗੁਰਮੁਖੋ ਸੰਨ 1947 ਦੇ ਵਿੱਚ ਤੇ ਇਸ ਦੇਸ਼ ਦੀ ਕਮਾਂਡ ਬਿੱਪਰ ਗਵਰਨਮੈਂਟ ਦੇ ਹੱਥ ਦੇ ਵਿੱਚ ਆਉਂਦੀ ਹੈ ਯਾਦ ਰੱਖਿਓ ਕੁਝ ਲੋਕਾਂ ਦੇ ਵਿੱਚ ਇਹ ਗੱਲ ਉਡਾਈ ਗਈ ਹੈ ਸਾਡੇ ਮੂੰਹ ਦੇ ਵਿੱਚ ਇਹ ਸ਼ਬਦ ਪਾਇਆ ਗਿਆ ਜਾਣ ਬੁੱਝ ਕੇ ਜਦੋਂ ਸਿਆਣੇ ਬਜ਼ੁਰਗ ਕਿਤੇ ਗੱਲ ਕਰਦੇ ਨੇ ਕਹਿਣਗੇ ਵੰਡ ਵੇਲੇ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਐਂ ਹੋ ਗਿਆ ਜੀ 10 ਲੱਖ ਬੰਦਾ ਮਰ ਗਿਆ ਐਂ ਹੋ ਗਿਆ ਆਮ ਗੱਲ ਚੱਲਦੀ ਹੈ ਯਾਦ ਰੱਖਿਓ ਇਹ ਸ਼ਬਦ ਸਾਡੇ ਮੂੰਹ ਦੇ ਵਿੱਚ ਪਾਇਆ ਗਿਆ ਵੰਡ ਹੋਈ 1947 ਦੇ ਵਿੱਚ ਇਹਦੇ ਵਿੱਚ ਕੋਈ ਦੋ ਰਹਿਮਾਂ ਕੋਈ ਸ਼ੱਕ ਪਰ ਸਿੱਖਾਂ ਨੂੰ ਖਿਤਾਬ ਦਿੱਤੇ ਗਏ ਪਹਿਲਾ ਖਿਤਾਬ ਸੀ ਜਿਹੜਾ ਇਹ ਵੰਡ ਹੀ ਸੀ ਕਿ ਸਿੱਖਾਂ ਦਾ ਦਿਲ ਪੰਜਾਬ ਦੀ ਧਰਤੀ ਵੰਡੀ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਵੰਡ ਹੋਈ ਤਾਂ ਕੇਵਲ ਪੰਜਾਬ ਦੀ ਹੋਈ ਦੇਖੋ ਦਿੱਲੀ ਦੀ ਕਿੱਡੀ ਵੱਡੀ ਸਿਆਸਤ ਆ ਜਮਨਾ ਪਾਰ ਵਾਲਿਆਂ ਨੂੰ ਜਮਨਾ ਦੇ ਬਸ਼ਿੰਦਿਆਂ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਦੇ ਵੀ ਰਾਸ ਨਹੀਂ ਆਈ ਤੇ ਪੰਜਾਂ ਦਰਿਆਵਾਂ ਦੇ ਪੁੱਤ ਕਿਸ ਤਰ੍ਹਾਂ ਰਾਸ ਆਉਣਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਦੋ ਟੁਕੜੇ ਕਰ ਦਿੱਤੇ ਸਿੱਖਾਂ ਨੂੰ ਪਹਿਲਾ ਖਿਤਾਬ ਦਿੱਤਾ ਗਿਆ ਮਨਾਂ ਦੇ ਵਿੱਚ ਭੁਲੇਖਾ ਨਹੀਂ ਰੱਖਣਾ ਚਾਹੀਦਾ ਇਹ ਸਾਜਿਸ਼ ਦੇ ਅਧੀਨ ਹੋਇਆ ਚਾਹੇ ਉਹ ਪਾਕਿਸਤਾਨ ਵੱਲੋਂ ਸੀ ਚਾਹੇ ਉਹ ਇਧਰਲੇ ਬੰਨਿਓ ਸੀ ਜਿਨ੍ਹਾਂ ਨੇ ਪੰਜਾਬ ਦੇ ਦੋ ਟੁਕੜੇ ਕੀਤੇ ਨਾ ਚਾਹੇ ਉਹ ਅਹਿਮਦ ਜਨਾਹ ਹੋ ਤੇ ਚਾਹੇ ਉਹ ਗਾਂਧੀ ਨਹਿਰੂ ਵਰਗੇ ਹੋਣ ਦੋਹਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਦੋਨੇ ਪੰਜਾਬ ਦੇ ਵਾਸੀ ਨਹੀਂ ਸੀ ਪੰਜਾਬ ਦਾ ਜੰਮਿਆ ਦੋਹਾਂ ਚੋਂ ਕੋਈ ਨਹੀਂ ਸੀ ਸਿਰਫ ਪੰਜਾਬ ਦੀ ਧਰਤੀ ਨੂੰ ਵੰਡਣ ਦੇ ਲਈ ਸਿੱਖ ਕੌਮ ਦੇ ਨਾਲ ਧੋਖਾ ਕਰਨ ਦੇ ਲਈ ਇਹ ਕੀਤਾ ਗਿਆ ਤੇ ਕੁਝ ਸਾਡੇ ਸਿੱਖ ਚਿਹਰੇ ਵਾਲੇ ਲੀਡਰ ਇਹਨਾਂ ਦੀਆਂ ਨਲਾਇਕੀਆਂ ਕਹਿ ਲਓ ਤੇ ਚਾਹੇ ਇਹਨਾਂ ਦਾ ਲਾਲਚ ਕਹਿ ਲਓ ਉਰਦੂ ਦਾ ਸ਼ਾਇਰ ਕਹਿੰਦਾ ਏ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਕੁਝ ਕਪਲਾਂ ਦੀਆਂ ਗਲਤੀਆਂ ਦੇ ਨਾਲ ਸਾਰੀ ਕੌਮ ਨੂੰ ਉਹਦਾ ਖਮਿਆਜਾ ਭੁਗਤਣਾ ਅੱਜ ਤੱਕ ਪੈ ਰਿਹਾ ਰਹੋ ਵਿਚਾਰ ਦੂਸਰਾ ਖਿਤਾਬ ਸਿੱਖਾਂ ਨੂੰ ਦਿੱਤਾ ਗਿਆ ਸਿੱਖਾਂ ਨੂੰ ਆਖਿਆ ਗਿਆ ਇਹ ਜਰਾਇਮ ਪੇਛਾ ਕੌਮ ਆ ਇਹ ਅੱਤਵਾਦੀ ਕੌਮ ਆ ਇਹ ਵੱਖਵਾਦੀ ਕੌਮ ਇਹ ਦੂਸਰਾ ਖਿਤਾਬ ਦਿੱਤਾ ਗਿਆ ਇੱਕ ਗੱਲ ਹੋਰ ਗੌਰ ਕਰਿਓ ਜੇਕਰ ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ ਇਹ ਬੜੇ ਤਰੀਕੇ ਦੇ ਨਾਲ ਵੰਡਿਆ ਗਿਆ ਜੇਕਰ ਸਾਰਾ ਪੰਜਾਬ ਪਾਕਿਸਤਾਨ ਵਿੱਚ ਚਲਿਆ ਜਾਂਦਾ ਤੇ ਦਿੱਲੀ ਦੇ ਨਾਲ ਬਾਰਡਰ ਨੇ ਜਾ ਕੇ ਲੱਗ ਜਾਣਾ ਸੀ ਤੇ ਦਿੱਲੀ ਦੇ ਸਿਰ ਦੇ ਉੱਤੇ 24 ਘੰਟੇ ਖਤਰੇ ਦੀ ਘੰਟੀ ਲਟਕਦੀ ਰਿਹਾ ਕਰਨੀ ਸੀ ਬੜੀ ਹੀ ਸਾਜਿਸ਼ ਦੇ ਨਾਲ ਦਿੱਲੀ ਨੇ ਆਪਣੇ ਤੋਂ 400 ਕਿਲੋਮੀਟਰ ਵਾਟ ਦੂਰ ਬਾਰਡਰ ਰੱਖਿਆ ਤੇ ਵਿਚਾਲੇ ਮਰਨ ਵਾਸਤੇ ਕੌਣ ਰੱਖਿਆ ਪੰਜਾਬੀ ਸਿੱਖ ਪਤਾ ਨੀ ਆਪਣੇ ਲੋਕਾਂ ਨੇ ਕਦੋਂ ਇਸ ਗੱਲ ਨੂੰ ਸਮਝਣਾ ਕੁਝ ਲੋਕ ਤਾਂ ਇਹ ਵੀ ਆਖ ਦਿੰਦੇ ਆ ਸਾਡੇ ਨਾਲ ਬਹੁਤ ਵਾਰੀ ਹੋਈ ਆ ਕਹਿੰਦੇ ਇੰਨਾ ਗਰਮ ਨਾ ਬੋਲਿਆ ਕਰੋ
ਰਾਜ ਦੀ ਗੱਲ ਕਰਨ ਦੀ ਅੱਜ ਕੀ ਲੋੜ ਆ, ਚੰਗਾ ਭਲਾ ਰੋਟੀ ਪਾਣੀ ਮਿਲੀ ਜਾਂਦਾ, ਕੀ ਕਮੀ ਆ, ਕੋਈ ਲੋੜ ਨਹੀਂ। ਅੰਗਰੇਜ਼ਾਂ ਨਾਲੋਂ ਤਾਂ ਚੰਗੇ ਆ, ਪਰ ਯਾਦ ਰੱਖਿਓ ਜਿਹੜਾ ਗੁਰੂ ਨਾਨਕ ਦਾ ਸਿੱਖ ਕਹਾਉਂਦਾ ਨਾ ਆਪਦੇ ਆਪ ਨੂੰ, ਉਹਦੇ ਲਈ ਰਾਜ ਦੀ ਗੱਲ ਕਰਨਾ ਲਾਜ਼ਮੀ ਆ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆ ਜਿਹੜਾ ਆਪਾਂ ਸੁਬਹਾ ਸ਼ਾਮ ਦੋਹਰਾ ਪੜ੍ਹਦੇ ਆ ਨਾ ਅਰਦਾਸ ਤੋਂ ਉਪਰੰਤ, ਰਾਜ ਕਰੇਗਾ ਖਾਲਸਾ, ਜਪਿਓ ਸਾਰੀ ਸੰਗਤ ਉੱਚੀ ਆਵਾਜ਼ ਦੇ ਵਿੱਚ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਹੋਏ, ਖਵਾਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਹ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆ। ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਕਹਿੰਦਾ ਵੀ ਖਾਲਸੇ ਨੇ ਰਾਜ ਕਰਨਾ ਤੇ ਖਾਲਸਾ ਗੁਰੂ ਦਾ, ਤੇ ਉਹ ਖਾਲਸਾ ਕਹਿੰਦਾ ਵੀ ਸਾਨੂੰ ਰਾਜ ਦੀ ਗੱਲ ਕਰਨ ਦੀ ਲੋੜ ਹੀ ਕੋਈ ਨਹੀਂ, ਫਿਰ ਉਹ ਗੁਰੂ ਦਾ ਤਾਂ ਨਹੀਂ ਨਾ ਹੋ ਸਕਦਾ। ਜਿਹੜਾ ਰਾਜ ਦੀ ਗੱਲ ਨਹੀਂ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਦਸਵੇਂ ਪਾਤਸ਼ਾਹ ਦਾ ਵੀ ਬਚਨ ਆ ਕਿ ਰਾਜ ਕਰੇ ਹੈ ਕਿ ਲੜ ਮਰੇ, ਰਾਜ ਬਿਨਾਂ ਨਹਿ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਰੇ ਹੈ, ਤਬ ਇਮ ਭਨਿਓ ਗਰੀਬ ਨਵਾਜ, ਸ਼ਸਤਰਨ ਕੇ ਅਧੀਨ ਹੈ ਰਾਜ। ਸਾਡੇ ਇਹ ਹੱਕ ਆ ਪਾਤਸ਼ਾਹੀ ਦਾਅਵੇ ਦੇ, ਅਸੀਂ ਹੱਕਦਾਰ ਆ, ਸਾਡਾ ਪਾਤਸ਼ਾਹੀ ਦਾਅਵਾ ਹੈ, ਸਾਡੇ ਪੁਰਖਿਆਂ ਦਾ ਇਹ ਦਾਅਵਾ ਹੈ, ਹਮ ਰਾਖਤ ਪਾਤਸ਼ਾਹੀ ਦਾਅਵਾ, ਜਾ ਇਤਕੋ ਜਾ ਅਗਲੋ ਪਾਵਾ। ਪੁਰਾਤਨ ਸਿੰਘ ਆਖਦਿਆ ਕਰਦੇ ਸੀ ਜੇ ਅਸੀਂ ਜਿਉਂਦੇ ਆ ਤੇ ਅਸੀਂ ਲੜ ਕੇ ਰਾਜ ਸਤਾ ਹਾਸਲ ਕਰ ਲੈਣੀ ਆ, ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਨੇ ਰਾਜ ਬਖਸ਼ ਦੇਣਾ, ਅਸੀਂ ਲੜਦੇ ਰਹੇ ਤਾਂ, ਤੇ ਜੇ ਅਸੀਂ ਲੜਦੇ ਲੜਦੇ ਮਾਰੇ ਗਏ ਤੇ ਸਾਡੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਤੋਂ ਵੱਡੀ ਪਾਤਸ਼ਾਹੀ ਕਿਤੇ ਨਹੀਂ ਹੋਏਗੀ। ਇਹ ਸਾਡੇ ਪੁਰਾਣੇ ਬਜ਼ੁਰਗਾਂ ਦੀ, ਸਾਡੇ ਵਡੇਰਿਆਂ ਦੀ ਸੋਚਣ ਸ਼ਕਤੀ। ਅੱਜ ਵਾਲੇ ਆਖਦੇ ਆ ਕੋਈ ਨੀ ਜੇ ਮਰਦਾ ਤਾਂ ਬਗਾਨੇ ਦਾ ਮਰੀ ਜਾਂਦੇ, ਤੂੰ ਬਹਿ ਜਾ ਟੇਕ ਨਾ ਕਰੇ, ਤੈਨੂੰ ਬਾਹਲਾ ਪੰਥ ਦਾ ਮੋਹ ਜਾ ਗਿਆ। ਪਰ ਸਿੱਖਾਂ ਦਾ ਇਹ ਸਿਧਾਂਤ ਆ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਜਾਂ ਬਾਗੀ ਤੇ ਜਾਂ ਬਾਦਸ਼ਾਹ, ਦੋ ਹੀ। ਜੇ ਸਿੱਖ ਦੇ ਖੂਨ ਦੇ ਵਿੱਚ ਬਗਾਵਤ ਦਾ ਕਣ ਨਹੀਂ, ਗੱਲ ਕੌੜੀ ਆ, ਚਾਹੇ ਕਿਸੇ ਨੂੰ ਮਾੜੀ ਲੱਗੇ, ਕਿਸੇ ਨੂੰ ਬੁਰੀ ਲੱਗੇ, ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ, ਪਰ ਜੋ ਸੱਚ ਆ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਹਜ਼ੂਰੀ ਦੇ ਵਿੱਚ ਆਖਣਾ, ਇਹ ਸਾਡਾ ਧਰਮ ਆ, ਸਾਡਾ ਫਰਜ਼। ਜੇ ਇਸ ਪੰਜਾਬੀ ਦੇ ਸਿੱਖ ਦੇ ਖੂਨ ਦੇ ਵਿੱਚ ਬਗਾਵਤ ਦੇ ਕਣ ਨਹੀਂ, ਫਿਰ ਉਹਨੂੰ ਆਪਦਾ DNA ਚੈੱਕ ਕਰਾਉਣਾ ਚਾਹੀਦਾ, ਉਹ ਸਿੱਖ ਨਹੀਂ ਹੋ ਸਕਦਾ, ਉਹ ਪੰਜਾਬੀ ਨਹੀਂ ਹੋ ਸਕਦਾ। ਰਹੋ ਵਿਚਾਰ, ਲੰਮੇ ਸਮੇਂ ਬਾਅਦ ਇਸ ਕੌਮ ਦੀ ਵਾਗਡੋਰ ਅਣਖੀਲੇ ਜਰਨੈਲ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਆਈ। ਮੇਰਾ ਸਮਾਂ ਬੜੀ ਤੇਜ਼ੀ ਦੇ ਨਾਲ ਅੱਗੇ ਨੂੰ ਵੱਧ ਰਿਹਾ ਹੈ ਤੇ ਮੈਨੂੰ ਪ੍ਰਬੰਧਕ ਸਾਹਿਬਾਨਾਂ ਵੱਲੋਂ ਜੋ ਹੁਕਮ ਹੋਇਆ ਹੈ ਮੈਂ ਉਹ ਕਵਿਤਾਵਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ। ਲੰਮੇ ਸਮੇਂ ਬਾਅਦ ਇਸ ਕੌਮ ਦੀ ਵਾਗਡੋਰ ਅਣਖੀਲੇ ਜਰਨੈਲ ਦਮਦਮੇ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਆਈ, ਜਿਨ੍ਹਾਂ ਨੇ ਆਉਂਦਿਆਂ ਸਮੇਂ ਦੀ ਲਿਆਕਤ ਨੂੰ ਸਮਝਦਿਆਂ ਕੌਮ ਦੀ ਨਬਜ਼ ਨੂੰ ਪਛਾਣਦਿਆਂ ਨੌਜਵਾਨਾਂ ਨੂੰ ਵੰਗਾਰ ਲਾਈ ਕਿ ਐ ਕੌਮ ਦੇ ਨੌਜਵਾਨੋ, ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਸਿਰ ਉੱਚਾ ਕਰਕੇ ਜਾਣਾ ਹੈ ਤੇ ਸਾਨੂੰ ਪੰਜਾਂ ਕਕਾਰਾਂ ਦੀ ਵਰਦੀ ਧਾਰਨ ਕਰਨੀ ਪਊਗੀ। ਸਾਨੂੰ ਆਪਣੇ ਅਸਲ ਰੂਪ, ਅਸਲ ਘਰ ਆਨੰਦਪੁਰ ਸਾਹਿਬ ਵੱਲ ਵਾਪਸੀ ਕਰਨੀ ਪਊਗੀ।
ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਆ। ਭਾਰਤ ਦੀ ਗੌਰਮੈਂਟ ਸਾਨੂੰ ਚਪਲੀ ਦੇ ਥੱਲੇ ਰਾ ਕੇ ਰੱਖਣਾ ਚਾਹੁੰਦੀ ਹੈ ਤੇ ਸਿੱਖ ਹਰਗਜ਼ ਵੀ ਇਹ ਮਨਜ਼ੂਰ ਨਹੀਂ ਕਰਦੇ। ਸਾਨੂੰ ਆਪਣੇ ਹੱਕਾਂ ਦੀ ਪਛਾਣਨਾ ਕਰਨੀ ਪਵੇਗੀ। ਨੌਜਵਾਨਾਂ ਨੇ ਧੜਾ ਧੜ ਆਪਣੇ ਨਿੱਜੀ ਘਰਾਂ ਬਾਰਾਂ ਨੂੰ ਛੱਡ ਕੇ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਵੰਗਾਰ ਨੂੰ ਸਵੀਕਾਰਦਿਆਂ ਉਹਨਾਂ ਦੇ ਨਾਲ ਚੱਲਣ ਦਾ ਫੈਸਲਾ ਕਰ ਲਿਆ। ਪੰਜਾਬ ਦੇ ਕੁਝ ਸਿੱਖ ਚਿਹਰੇ ਵਾਲੇ ਲੀਡਰਾਂ ਤੋਂ ਇਹ ਕੁਝ ਜਰਿਆ ਨਾ ਗਿਆ। ਇਹਨਾਂ ਨੇ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ। ਹਾਂ, ਪੰਥਕ ਪਾਰਟੀ ਵਾਲੇ ਵੀ ਵਿੱਚ ਹੀ ਸੀ। ਇਹਨਾਂ ਨੇ ਚਿੱਠੀਆਂ ਲਿਖ ਕੇ ਭੇਜੀਆਂ, ਕਹਿੰਦੇ ਜੇਕਰ ਰੋਕ ਸਕਦੇ ਹੋ ਤਾਂ ਰੋਕ ਲਓ, ਨਹੀਂ ਭਿੰਡਰਾਂ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਸਾਡੇ ਦੋਹਾਂ ਦੇ ਰਾਹ ਦਾ ਰੋੜਾ ਬਣੂਗਾ। ਸਾਡੀ ਕੁਰਸੀ ਦੇ ਲਈ ਵੱਡਾ ਖਤਰਾ ਪੈਦਾ ਕਰ ਦੇਵੇਗਾ। ਭਾਰਤ ਦੀ ਗੌਰਮੈਂਟ ਜਿਹੜੀ ਪਹਿਲਾਂ ਹੀ ਚਾਹੁੰਦੀ ਸੀ ਸਿੱਖਾਂ ਦੀ ਕਿਸੇ ਨਾ ਕਿਸੇ ਤਰੀਕੇ ਨਸਲਕੁਸ਼ੀ ਕੀਤੀ ਜਾਵੇ, ਇਹਨੂੰ ਆਪਣਾ ਰਾਸਤਾ ਪੱਧਰਾ ਦਿਸਦਾ ਨਜ਼ਰ ਆਇਆ। ਟੈਂਕਾਂ, ਤੋਪਾਂ, ਬਖਤਰਬੰਦ ਗੱਡੀਆਂ, ਹੈਲੀਕਾਪਟਰਾਂ, ਕਮਾਂਡੋਆਂ ਦੇ ਨਾਲ ਲੈਸ ਕਰਕੇ ਫੌਜ ਨੂੰ ਪੰਜਾਬ ਦੀ ਧਰਤੀ ਤੇ ਉਤਾਰਿਆ ਗਿਆ। 6 ਲੱਖ ਫੌਜ ਦੀ ਗਿਣਤੀ ਪੰਜਾਬ ਦੇ ਵਿੱਚ ਉਤਾਰੀ ਗਈ। ਜੂਨ ਮਹੀਨਾ ਸੰਨ 1984 ਦੇ ਪਹਿਲੇ ਹਫ਼ਤੇ ਦੇ ਵਿੱਚ ਕੁਝ ਹਿੱਸਾ ਫੌਜ ਦਾ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਖਿਲਾਰ ਦਿੱਤਾ ਤੇ ਕੁਝ ਹਿੱਸੇ ਨੇ ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾ ਲਿਆ ਤੇ ਅੰਦਰ ਬਾਹਰ ਖਲੋਤੀ ਭਾਰਤ ਦੀ ਫੌਜ ਇਹ ਸੋਚਦੀ ਹੈ, ਕਹਿੰਦੇ ਭਿੰਡਰਾਂ ਵਾਲਾ ਅੰਦਰ ਕੜਾਹ ਖਾਣਿਆਂ ਦਾ ਟੋਲਾ ਲੈ ਕੇ ਬੈਠਾ ਏ। ਅਸੀਂ 3-4 ਘੰਟਿਆਂ ਦੇ ਵਿੱਚ ਸਾਰਾ ਆਪਰੇਸ਼ਨ ਮੁਕਾ ਕੇ ਨਾ ਤੇ ਕੱਲ ਦੀ ਦੁਪਹਿਰ ਤੱਕ ਸੰਤ ਗਿਆਨੀ ਜਰਨੈਲ ਸਿੰਘ ਨੂੰ ਦਿੱਲੀ ਦਰਬਾਰ ਬੀਬੀ ਇੰਦਰਾ ਗਾਂਧੀ ਦੇ ਪੇਸ਼ ਕਰ ਦੇਵਾਂਗੇ। ਪਰ ਅੰਦਰੋਂ ਜਦੋਂ ਸਿੰਘਾਂ ਨੇ ਆਪਣੇ ਅਸਲਿਆਂ ਦੇ ਮੂੰਹ ਖੋਲੇ ਨਾ ਤੇ ਹੱਥਾਂ ਪੈਰਾਂ ਦੀ ਪੈ ਗਈ, ਮੂੰਹ ਦੇ ਵਿੱਚ ਉਂਗਲਾਂ ਲੈ ਕੇ ਸੋਚਣ ਲੱਗ ਪਏ। ਇੱਕ ਪਾਸੇ ਭਾਰੀ ਲਾਮ ਲਸ਼ਕਰ ਮੁਲਖਈਆ ਇਕੱਠਾ ਹੋਇਆ ਏ, ਭਾਰੀ ਸੰਦ ਸੋਵੜਾ ਲੈ ਕੇ, ਇੱਕ ਪਾਸੇ ਮੁੱਠੀ ਭਰ ਸਿੰਘ ਆ ਜਿਨ੍ਹਾਂ ਦੀ ਕੰਡ ਦੇ ਉੱਤੇ ਥਾਪੜਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ, ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਆਪ ਨਿਸ਼ਾਵਰ ਕਰਨ ਦੇ ਲਈ ਤਤਪਰਿਆ ਸਿਰਾਂ ਦੇ ਉੱਤੇ ਕਫਨ ਬੰਨ ਕੇ ਬੈਠੇ ਆ। ਇੱਕ ਪਾਸੇ ਆਪਣੀਆਂ ਤਨਖਾਹਾਂ ਲਈ ਲੜਨ ਵਾਲੇ ਆ ਤੇ ਦੂਸਰੇ ਪਾਸੇ ਜਿਨ੍ਹਾਂ ਦੇ ਮਨ ਦੇ ਵਿੱਚ ਧਰਮ ਯੁੱਧ ਦਾ ਚਾਉ ਆ ਉਹ ਆ, ਇੱਕ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਆ ਤੇ ਦੂਸਰੇ ਪਾਸੇ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵਾਰਸ ਆ। ਇੱਕ ਪਾਸੇ ਉਹ ਆ ਜਿਹੜੇ ਆਪਣੀਆਂ ਫੀਤੀਆਂ ਦੇ ਲਈ ਲੜਦੇ ਆ, ਦੂਸਰੇ ਪਾਸੇ ਚਮਕੌਰ ਗੜੀ ਦੇ ਸ਼ਹੀਦ ਸਿੰਘਾਂ ਦੇ ਵਾਰਸ ਆ, ਇੱਕ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਤੇ ਦੂਸਰੇ ਪਾਸੇ ਦਮਦਮੀ ਟਕਸਾਲ ਦਾ ਮੁਖੀ ਆ। 3 ਤੇ 4 ਜੂਨ ਰਹਿੰਦੀ ਪਹਿਰ ਰਾਤ ਨੂੰ ਭਾਰਤ ਦੀ ਫੌਜ ਦੇ ਵਿਚਕਾਰ ਪੰਜਾਬ ਦੀ ਜਵਾਨੀ ਦਾ ਯੁੱਧ ਹੋਇਆ। ਭਾਰਤ ਦੀ ਸਰਕਾਰ ਨੇ ਅਹਿਸਾਸ ਕਰਵਾਇਆ ਕਿ ਤੁਸੀਂ ਸਾਡੇ ਦੇਸ਼ ਦੇ ਵਾਸੀ ਨਹੀਂ ਤੇ ਉਹਨਾਂ ਸੂਰਬੀਰ ਯੋਧਿਆਂ ਨੇ ਕਬੂਲ ਕੀਤਾ ਕਿ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ। ਚਾਹੇ ਅੱਜ ਵੀ ਭਾਰਤ ਦੀ ਸਰਕਾਰ ਸਾਨੂੰ ਵੱਖ ਵੱਖ ਸਮੇਂ ਦੇ ਉੱਤੇ ਯਾਦ ਕਰਾਉਂਦੀ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਆਪਣੇ ਦੇਸ਼ ਦੇ ਵਾਸੀ ਨਹੀਂ ਸਮਝਦੇ ਤੇ ਜਦੋਂ ਅਸੀਂ ਆਖਦੀਏ ਨਾ ਕਿ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ ਫਿਰ ਇਹਨਾਂ ਦੇ ਧਰਨ ਪੈ ਜਾਂਦੀ ਹੈ। 3 ਤੇ 4 ਗੁਰਮੁਖੋ ਯੂਐਨਓ ਦਾ ਕਾਨੂੰਨ ਆ, ਯੂਐਨਓ ਕਹਿੰਦਾ ਕੋਈ ਵੀ ਦੇਸ਼ ਆਪਣੇ ਦੇਸ਼ ਦੀ ਜਨਤਾ ਉੱਤੇ ਉਹ ਵੱਡੇ ਹਥਿਆਰ ਨਹੀਂ ਵਰਤ ਸਕਦਾ ਜਿਹੜੇ ਹੋਰ ਮੁਲਕਾਂ ਦੇ ਨਾਲ ਜੰਗ ਵਿੱਚ ਵਰਤੇ ਜਾਂਦੇ ਹੋਣ। ਪਰ ਭਾਰਤ ਦੀ ਸਰਕਾਰ ਨੇ ਹਮੇਸ਼ਾ ਹੀ ਸਾਨੂੰ ਅਹਿਸਾਸ ਕਰਵਾਇਆ ਸਾਡੇ ਉੱਪਰ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਹਮਲਾ ਕਰਕੇ
ਕਿ ਤੁਸੀਂ ਸਾਡੇ ਦੇਸ਼ ਦੇ ਵਾਸੀ ਨਹੀਂ ਰਹੋ ਵਿਚਾਰ ਦਮਦਮੀ ਟਕਸਾਲ ਦਾ ਮੁਖੀ ਦੂਸਰੇ ਪਾਸੇ ਭਾਰਤ ਦੀ ਗੌਰਮੈਂਟ ਹਿੰਦ ਤੇ ਪੰਜਾਬ ਦਾ ਜੰਗ ਹੋ ਰਿਹਾ 3 ਤੇ 4 ਜੂਨ ਰਹਿੰਦੀ ਪਹਿਰਾਤ ਨੂੰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਆਓ ਪਿਆਰ ਦੇ ਨਾਲ ਸਰਵਣ ਕਰੀਏ 3-4 ਜੂਨ ਨੂੰ ਫੌਜੀ ਕਰਦੇ ਫੈਰ ਭਾਰਤ ਦੀ ਸਰਕਾਰ ਨੇ ਸਮਝ ਲਏ ਸਿੱਖ ਗੈਰ 3-4 ਜੂਨ ਰਾਤ ਰਹਿੰਦੀ ਪੈਰ ਸੀ ਦਿੱਤਾ ਭਾਰਤੀ ਫੌਜਾਂ ਨੇ ਖੋਲ ਪੈਰ ਸੀ ਭੇਜੇ ਇੰਦਰਾ ਦੇ ਲੱਗੇ ਟਾਉਣ ਕੈਰ ਸੀ ਸਿੱਖ ਭਾਰਤ ਦੇ ਵਾਸੀ ਜਾਣੇ ਗੈਰ ਸੀ ਜਦੋਂ ਬੱਦਲਾਂ ਨੂੰ ਚੀਰਦਾ ਵੀ ਚੜਦਾ ਲੱਥ ਜਾਂਦੀ ਹੈ ਹਨੇਰੀਆਂ ਦੀ ਗਹਿਲਿਆ ਜੰਗ ਭਾਰਤੀ ਹਕੂਮਤ ਸਰਾਰਦਾ ਟਕਸਾਲ ਮੁਖੀ ਸੰਤ ਜਰ ਨੈਲਿਆ ਜੰਗ ਭਾਰਤੀ ਹਕੂਮਤ ਸਰਾਰਦਾ ਟਕਸਾਲ ਮੁਖੀ ਬਾਬਾ ਜਰ ਨੈਲਿਆ 3-4 ਜੂਨ ਰਾਤ ਰਹਿੰਦੀ ਪੈਰ ਸੀ ਦਿੱਤਾ ਭਾਰਤੀ ਫੌਜਾਂ ਨੇ ਖੋਲ ਪੈਰ ਸੀ ਭੇਜੇ ਇੰਦਰਾ ਦੇ ਲੱਗੇ ਟਾਉਣ ਕੈਰ ਸੀ ਸਿੱਖ ਭਾਰਤ ਦੇ ਵਾਸੀ ਜਾਣੇ ਗੈਰ ਸੀ ਜਦੋਂ ਬੱਦਲਾਂ ਨੂੰ ਚੀਰਦਾ ਵੀ ਚੜਦਾ ਲੱਥ ਜਾਂਦੀ ਹੈ ਹਨੇਰੀਆਂ ਦੀ ਗਹਿਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਸੰਤ ਜਰ ਨੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਬਾਬਾ ਜਰ ਨੈਲਿਆ ਫੇਰ ਛੱਡਿਆ ਸੁਭੇਗ ਸਿੰਘ ਡੋਡੂ ਕਈ ਫਿਲਣ ਕੇ ਲੱਗੇ ਵਰਦੀ ਤੇ ਫੀਤੇ ਜਿਨ ਜਿਨ ਕੇ ਲੈਣ ਲੱਗ ਪਏ ਸੁਵਾਸ ਗਿਣ ਗਿਣ ਕੇ ਵਾਰ ਕਰਦਾ ਗੁਰੂ ਤੇ ਜਿਹੜਾ ਚੜਦਾ ਚੜਦਾ ਵਾਰ ਕਰਦਾ ਗੁਰੂ ਤੇ ਜਿਹੜਾ ਚੜਦਾ ਕੱਲ ਸਿੱਖੀ ਦੀ ਦਰਜ ਵਿੱਚ ਫੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਸੰਤ ਜਰ ਨੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਬਾਬਾ ਜਰ ਮਾਂਡੋ ਜਿਹੜੇ ਬੁੱਕ ਦੇ ਆਉਂਦੇ ਮੋਢਿਆਂ ਉਤੋਂ ਦੀ ਜਿਹੜੇ ਥੁੱਕ ਦੇ ਫੇਰ ਬੱਖੀ ਚ ਸਿੰਘਾਂ ਤੋਂ ਜਦੋਂ ਥੁੱਕ ਦੇ ਆਉਂਦੇ ਉੱਪਰ ਉਹ ਲੰਗੂਰ ਵਾਂਗੂ ਘੁੱਕ ਦੇ ਡਿੱਗ ਦੇ ਸਕੀਮਾਂ ਨਾਲ ਝੜਦਾ ਉੱਚੀ ਉੱਚੀ ਆ ਡਰਾਵੇ ਵਾਂਗੂ ਬੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਸੰਤ ਜਰ ਨੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਬਾਬਾ ਜਰ ਨੈਲਿਆ ਸਾਂਝੇ ਸੱਜੇ ਸਾਥੀਆਂ ਆਜੋ ਕੱਟ ਲੋ ਵੋ ਯੋਧਿਓ 84 ਆਪਣੇ ਗੁਰੂ ਦਾ ਲੜ ਫੜਦਾ ਲੱਥ ਜਨ ਮਜ ਮੰਤਰਾਂ ਦੀ ਮੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਸੰਤ ਜਰ ਨੈਲਿਆ ਜੰਗ ਭਾਰਤੀ ਹਕੂਮਤ ਸਲੜਦਾ ਟਕਸਾਲ ਮੁਖੀ ਬਾਬਾ ਜਰ ਨੈਲਿਆ ਸਿੰਘ ਸੂਰਮਿਆਂ ਦੇ ਹੌਸਲੇ ਬੁਲੰਦ ਨੇ ਜਿਵੇਂ ਲੜੇ ਚ ਮਕਾਰ ਫਰ ਜਾਂਦ ਨੇ ਸੰਤ ਜਰ ਨੈਲਿਆ ਜੰਗ ਭਾਰਤੀ
ਦੀਵਾਨਿਆਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਭਗਦੀ ਹੈ ਘਰ ਉਜੜ ਜਾਂਦੇ ਲੱਖਾਂ ਮੱਖੀਆਂ ਦੇ ਤੇ ਬੱਤੀ ਮੋਮ ਦੀ ਇੱਕੋ ਹੀ ਜਗਦੀ ਹੈ ਸਿਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰ ਨਾ ਹੱਥਾਂ ਤੇ ਲੱਗਦੀ ਹੈ ਮਹਿੰਦੀ ਹੋਰ ਨਾ ਹੱਥਾਂ ਤੇ ਲੱਗਦੀ ਹੈ ਕੌਮੇ ਮੇਰੀ ਇਸ ਸਮੇਂ ਨੇ ਢੋਲ ਮਾਰੇ ਐ ਪਰ ਜਿਹਦੇ ਵਿੱਚ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਤਾਈ ਨਚਾ ਦੇਵੇ ਕਿਸੇ ਕੌਮ ਕੋਲ ਇਹੋ ਜਿਹਾ ਸਾਜ਼ ਕੋਈ ਨਾ ਝੱਖੜ ਲੱਖ ਚੁੱਲੇ ਇਨਕਲਾਬ ਆਇਆ ਅਰਸ਼ ਫਰਸ਼ ਤੋਂ ਮਿੱਟੀ ਉਡਾਉਣ ਵਾਲਾ ਸਿਰਫ ਖੂਨ ਸ਼ਹੀਦਾਂ ਦਾ ਡੁੱਲਿਆ ਜੋ ਕੋਈ ਜੰਮਿਆ ਧੂੜ ਨਾ ਪਾਉਣ ਵਾਲਾ ਕੋਈ ਜੰਮਿਆ ਧੂੜ ਨਾ ਪਾਉਣ ਵਾਲਾ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਇਸ ਪੰਜਾਬ ਦੀ ਜਵਾਨੀ ਦੇ ਖੂਨ ਨੇ ਮੁੜ ਤੋਂ ਉਬਾਲਾ ਖਾਧਾ ਫੈਸਲਾ ਕਰ ਲਿਆ ਕਹਿੰਦੇ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਸ਼ੇਰੇ ਪੰਜਾਬ ਵਾਲਾ ਸਿੱਖ ਰਾਜ ਨਹੀਂ ਸਥਾਪਿਤ ਕਰ ਦਿੰਦੇ ਜਾਂ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਨਹੀਂ ਪ੍ਰਾਪਤ ਹੋ ਜਾਂਦੀ ਅਸੀਂ ਸ਼ਹਾਦਤਾਂ ਦੇ ਜਾਮ ਨਹੀਂ ਪੀ ਲੈਂਦੇ ਸੋਨੇ ਵਰਗੀਆਂ ਜਵਾਨੀਆਂ ਪੰਥ ਦੇ ਸਿਰ ਤੋਂ ਵਾਰ ਦਿੱਤੀਆਂ ਨੌਜਵਾਨਾਂ ਨੇ ਜਿਹਨਾਂ ਨੌਜਵਾਨਾਂ ਵਾਸਤੇ ਸ਼ਾਇਰ ਲਿਖਦਾ ਏ ਕਹਿੰਦਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਿਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾ ਗਏ ਜਿਹੜੀ ਹਿੰਡ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬੱਸ ਚੜਿਆ ਆਣ ਜਦੋਂ ਮਾਣੋ ਚਾਲ ਵਿੱਚ ਖੜਿਆ ਉਸੇ ਵੇਲੇ ਦਿਲ ਚ ਆਇਆ ਖਿਆਲ ਸੀ ਜੀ ਇਸ ਪਿੰਡ ਦਾ ਤਾਂ ਬਾਬਾ ਮਾਣੋ ਚਾਲ ਸੀ ਦਿਲ ਵਾਲੀ ਅੱਗ ਚ ਵੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਸ ਵਾਲਦਾ ਬਸ ਜਦੋਂ ਤਰਨ ਤਾਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁੱਝ ਗਈ ਹਰ ਵੇਲੇ ਮੌਤ ਨੂੰ ਕਰੇ ਮਖੌਲ ਜੀ ਹਰ ਵੇਲੇ ਮੌਤ ਨੂੰ ਕਰੇ ਮਖੌਲ ਜੀ ਅਨਾਰ ਸਿੰਘ ਪਹਾੜਾ ਨਾਲ ਜੱਜ ਜੌਲ ਜੀ ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ ਦੇਖ ਗਦਲੀ ਉਤਰਿਆ ਬੱਸ ਪਹੁੰਚ ਕੇ ਬਟਾਲੇ ਤੇ ਗੁੱਗੂ ਹਰਚੰਦ ਵੀ ਅਣਖ ਵਾਲੇ ਨੇ ਕਲਾਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ ਨਛੱਤਰ ਸਿੰਘ ਰੋਡੇ ਬਾਈ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ ਹੋਇਆ ਨਾ ਸਬਰ ਦਿਲ ਮਰ ਜਾਣੇ ਤੋਂ ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਪਾਹੀ ਸੂਰਮਾ ਦਲੇਰ ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਪਾਹੀ ਸੂਰਮਾ ਦਲੇਰਿਆ ਲੋਕੀ ਜਿਹਨੂੰ ਕਹਿੰਦੇ ਭਿੰਡਰਾਂ ਦਾ ਛੇਰਿਆ ਮਰਦ ਤਾਂ ਇੱਕੋ ਤੱਕਿਆ ਮੈਂ ਬਾਕੀ ਤਾਂ ਸਭ ਰਕਾਨਾ ਨੇ ਸੰਤ ਤਾਂ ਇੱਕੋ ਤੱਕਿਆ ਮੈਂ ਬਾਕੀ ਤਾਂ ਸਭ ਦੁਕਾਨਾ ਨੇ ਸੰਤ ਸਪਾਹੀ ਸੂਰਮਾ ਦਲੇਰਿਆ ਲੋਕੀ ਜਿਹਨੂੰ ਕਹਿੰਦੇ ਭਿੰਡਰਾਂ ਦਾ ਸ਼ੇਰ ਆ ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਡ ਦਾ ਗੁਰਜੰਟ ਸਿੰਘ ਚੇਤੇ ਆਇਆ ਬੁੱਧ ਸਿੰਘ ਦਾ ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ ਤੇ ਇੰਦਰਾਂ ਨੂੰ ਜਿਹਨੇ ਜਾਣ ਦਿੱਤਾ ਦੂਰਨਾ ਮਾਝੇ ਦੇ ਸਿੱਖਾਂ ਨੂੰ ਜਿਸ ਉੱਤੇ ਮਾਣ ਸੀ ਉਹ ਨਾਮ ਜੁਗਰਾਜ ਆਖਦੇ ਤੂਫਾਨ ਸੀ ਸੁਣੇ ਉਹਦੇ ਚਰਚੇ ਸੀ ਪਾਸੇ ਚਾਰੇ ਮੈਂ ਤੇ ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾਰੇ ਮੈਂ ਚੌਂਕ ਵਿੱਚ ਖੜ ਵੈਰੀ ਨੂੰ ਲਲਕਾਰਦਾ ਛੰਦਣਾ ਏ ਪਿੰਡ ਯੋਧੇ ਰਸ਼ ਪਾਲਦਾ ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ ਜੀ ਫੇਰ ਉਹਨਾਂ ਸਿੰਘਾਂ ਦੇ ਖਿਆਲੀ ਪੈ ਗਿਆ ਮੰਗਦਾ ਹਾਂ ਮਾਫੀ ਸੋਢੀ ਤੇ ਜਟਾਣੇ ਤੋਂ ਨਾਲੇ ਬਲਵੰਤ ਸਿੰਘ ਰਾਜੋਆਣੇ ਤੋਂ ਜਿਨ੍ਹਾਂ ਦੇ ਮੈਂ ਪਿੰਡ ਵੱਲ ਜਾ ਨਾ ਸਕਿਆ ਭਾਈ ਸੁੱਖੇ ਦੇ ਵੀ ਮਾਪਿਆਂ ਨੂੰ ਜਾ ਨਾ ਤੱਕਿਆ ਗਹਿ ਗੱਚ ਵਾਲੀ ਜੰਗ ਦੀਆਂ ਥਾਵਾਂ ਨੂੰ
ਭੁੱਲ ਜਾਵਾਂ ਕਿਵੇਂ ਵਿਹਲੇ ਦੇ ਭਰਾਵਾਂ ਨੂੰ ਭੁੱਖੀ ਡੈਣ ਵਾਂਗੂ ਜਿਹਨੇ ਮੋਢਿਆ ਉਹ ਜੰਗ ਸਭਰਾਵਾਂ ਵੇਲੇ ਵੀ ਨਾ ਰੱਜਿਆ ਆ ਹਰੀ ਕੇ ਪੱਤਣ ਦਰਿਆ ਚੰਦਰਾ ਲੱਖਾਂ ਹੀ ਸਾਡੇ ਯੋਧੇ ਖਾ ਗਿਆ ਚੰਦਰਾ ਇਹ ਸਿੱਖੀ ਜੰਮੀ ਕੁਰਬਾਨੀਆਂ ਦੇ ਦੌਰ ਚੋਂ ਮੈਂ ਇਹੋ ਕੁਝ ਸਿੱਖਿਆ ਏ ਚਮਕੌਰ ਤੋਂ ਇਸ ਪਿੱਛੋਂ ਮੈਂ ਆਨੰਦਪੁਰ ਆ ਗਿਆ ਜਿੱਥੋਂ ਕੁਰਬਾਨੀਆਂ ਦਾ ਧੋਰੇ ਆ ਗਿਆ ਲੋਕੀ ਕਹਿੰਦੇ ਉਹਨੇ ਪੁੱਤ ਚਾਰ ਵਾਰੇ ਨੇ ਮਜਾਇਲ ਸਿੰਘਾ ਉਹਨੇ ਕਈ ਹਜ਼ਾਰ ਵਾਰੇ ਨੇ ਚੰਦਰੀਆਂ ਨਜ਼ਰਾਂ ਪੰਜਾਬ ਖਾ ਲਿਆ ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ ਜਿਹੜੇ ਡਰਦੇ ਸੀ ਪੰਜਾਬ ਆਉਣ ਵੇਲੇ ਅੱਜ ਉਹ ਕਬਜ਼ਾ ਪੰਜਾਬ ਤੇ ਕਰੀ ਜਾਂਦੇ ਰੋਕਣਾ ਸੀ ਤੇਰੇ ਸਿੰਘ ਸੂਰਿਆ ਨੇ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਤੇਰੀ ਬਾਣੀ ਤੇ ਰੋਜ਼ ਵਿਵਾਦ ਉੱਠਦੇ ਧੜੇ ਬਾਜੀ ਦਾ ਭੂਤ ਸਵਾਰ ਹੋਇਆ ਬਾਜਾਂ ਵਾਲਿਆ ਕੌਮ ਤੇ ਕਰੀ ਕਿਰਪਾ ਤੇਰੀ ਕੌਮ ਦਾ ਮੰਦੜਾ ਹਾਲ ਹੋਇਆ ਤੇਰੀ ਕੌਮ ਦਾ ਮੰਦੜਾ ਹਾਲ ਹੋਇਆ ਗੁਰਮੁਖੋ ਮੈਂ ਇੱਕੋ ਕਵਿਤਾ ਬੋਲ ਕੇ ਖਿਮਾਂ ਦੇ ਜਾਚਕ ਹੋ ਜਾਣਾ ਜੋ ਪ੍ਰਬੰਧਕ ਸਾਹਿਬਾਨਾਂ ਦਾ ਹੁਕਮ ਸੀ ਸਰਪਾਓ ਸਾਹਿਬ ਵੀ ਭੇਟ ਹੋ ਚੁੱਕੇ ਆ ਤੇ ਇਹ ਇਸ਼ਾਰਾ ਹੁੰਦਾ ਵੇ ਕਿ ਭਾਈ ਹੁਣ ਸਟੇਜ ਛੱਡ ਦੇਣੀ ਆ ਸਾਡੇ ਤੋਂ ਬਾਅਦ ਗਿਆਨੀ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਆ ਤੇ ਮੈਂ ਇਹਨਾਂ ਤੋਂ ਵੀ ਮਾਫ਼ੀ ਮੰਗ ਲਾਂ ਕਿ ਮੈਂ ਇੱਕੋ ਕਵਿਤਾ ਬੋਲ ਕੇ ਖਿਮਾਂ ਦੇ ਜਾਚਕ ਹੋ ਜਾਣਾ ਕਿਉਂਕਿ ਸਾਡੇ ਤਾਂ ਹਜੇ ਇੰਜਣ ਹੀ ਹੁਣ ਗਰਮ ਹੋਏ ਰਹੋ ਵਿਚਾਰ ਗੁਰਮੁਖੋ ਇੱਕ ਤੁਹਾਨੂੰ ਸੱਭਿਆਚਾਰ ਦੇ ਨਾਂ ਤੇ ਜੁਗਨੀ ਪਰੋਸੀ ਜਾਂਦੀ ਉਹ ਕਹਿੰਦੇ ਮੇਰੀ ਜੁਗਨੀ ਦੇ ਧਾਗੇ ਬੱਗੇ ਤੇ ਜੁਗਨੀ ਉਹਦੇ ਮੂੰਹੋਂ ਫੱਬੇ ਜੀ ਨੂੰ ਸੱਟ ਇਸ਼ਕਰੀ ਲੱਗੇ ਇੱਕ ਜੁਗਨੀ ਆ ਮੇਰੇ ਕੋਲ ਪਰਚੀ ਆਈ ਆ ਪ੍ਰਬੰਧਕ ਸਾਹਿਬਾਨਾਂ ਦੀ ਇਹ ਜੁਗਨੀ ਪ੍ਰਬੰਧਕ ਸਾਹਿਬਾਨਾਂ ਨੇ ਗਾਉਣ ਨੂੰ ਆਖਿਆ ਸਾਡੇ ਵਾਲੀ ਜੁਗਨੀ ਦੇ ਧਾਗੇ ਧੁੱਗੇ ਤਾਂ ਨੀ ਪਤਾ ਬੱਗੇ ਆ ਕੇ ਕਾਲੇ ਆ ਸਾਡੇ ਵਾਲੀ ਜੁਗਨੀ ਦੇ ਵਿੱਚ ਏਡੇ ਏਡੇ 28 ਖੱਟੇ ਜੇ ਰੰਗ ਦੇ ਰੌਂਦ ਪੈਂਦੇ ਆ ਡੇਢ ਕੁ ਫੁੱਟ ਦਾ ਕੱਦ ਆ 50 ਕੁ ਗਜ ਦੀ ਉਹਦੀ ਮਾਰ ਆ ਜਿਹਦੇ ਜਿਹਦੇ ਉਹਨਾਂ 28 ਦੰਦਾਂ ਦੇ ਨਾਲੇ ਦੰਦੀ ਵੱਢਦੀ ਆ ਨਾ ਉਹਦੀਆਂ ਚੀਕਾਂ ਬੜੀਆਂ ਕਢਾਉਂਦੀ ਫਿਲਟਰ ਵਰਗਾ ਕਰਕੇ ਰੱਖ ਦਿੰਦੀ ਬੰਦੇ ਨੂੰ ਪਾਣੀ ਨੀ ਜੋ ਮੰਗਣ ਦੇ ਤੇ ਜੁਗਨੀ ਉਹਨਾਂ ਹੱਥਾਂ ਵਿੱਚ ਨੀ ਫੱਬਦੀ ਜਿਹਨਾਂ ਨੂੰ ਇਸ਼ਕ ਉਸ਼ਕ ਦੇ ਰੰਗ ਲੱਗੇ ਇਹ ਜੁਗਨੀ ਕਿੰਨਾ ਹੱਥਾਂ ਵਿੱਚ ਸੋਭਦੀ ਆ ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੈ ਸਤਰ ਅਨੇਕ ਤਲਾਵਤ ਘਾਵ ਤੋਤਨ ਏਕ ਨਾ ਲਾਗਣ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸਦੋਂ ਨਾ ਭੇਟਣ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਖੰਡ ਬਿਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਣ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਬਿਖ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤ ਪਾਰਨ ਜੈ ਤੇ ਗੰਗ ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਜਿਹੜੇ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀ ਕਹਿੰਦੇ ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮ ਤੇ ਕਬਹੂ ਨਾ ਟਰੋ ਨਾ ਡਰੋ ਅਰਸੋ ਜਬ ਜਾਇ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸਿੱਖ ਹਉ ਆਪਣੇ ਹੀ ਮਨ ਕੋ ਇਹ ਲਾਲਚ ਹੋਂਗਣ ਤੋ ਚਰੂ ਜਬ ਆਵ ਕਿ ਔ ਦਿਨ ਧਾਨ ਬਣੈ ਅਤ ਹੀਰਨ ਮੈਂ ਤਬ ਜੂਜ ਮਰੂੰ ਤਤ ਹੀਰਨ ਮੈਂ ਤਬ ਜੂਜ ਮਰੂੰ ਔਰ ਬਾਸਨਾ ਨਾਹੀ ਪ੍ਰਭ ਮੋਹਿ ਧਰਮ ਯੁੱਧ ਕਾ ਚਾਉ ਇਹ ਉਹਨਾਂ ਹੱਥਾਂ ਵਿੱਚ ਫੱਬਦੀ ਆ ਇਸ ਜੁਗਨੀ ਨੇ ਪੂਰੇ ਭਾਰਤ ਦੇ ਵਿੱਚ ਗੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ ਜੁਗਨੀ ਗੇੜੇ ਕੱਢਦੀ ਘੁੰਮਦੀ ਪਿੰਡ ਤੇ ਸ਼ਹਿਰ ਜੋ ਵੈਰ ਕਮਾਉਂਦੇ ਕੌਮ ਨਾ ਕੱਢਦੀ ਵਿੱਚ ਦੀ ਫੈਰ ਜੁਗਨੀ ਤੁਰ ਦਿੱਲੀ ਨੂੰ ਗਈ
ਗਈ ਤੇ ਉੱਥੇ ਦੋ ਤਿੰਨ ਮਹੀਨੇ ਉੱਥੇ ਦੋ ਤਿੰਨ ਮਹੀਨੇ ਰਹੀ ਉਹ ਪਹਿਲਾਂ ਨਰਕ ਧਾਰੀ ਨੂੰ ਪਈ ਤੇ ਚੱਕਤਾ ਨਾਲ ਉਹਦਾ ਗੜਵਈ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਓ ਜੁਗਨੀ ਫੇਰ ਗਈ ਲੁਧਿਆਣੇ ਉਹਦੇ ਨਾਲ ਸੀ ਦੋ ਤਿੰਨ ਉਹਦੇ ਨਾਲ ਸੀ ਦੋ ਤਿੰਨ ਜਾਣੇ ਲਾਲਾ ਜਗਤ ਨਰੈਣ ਉਹ ਲਾਲਾ ਜਗਤ ਨਰੈਣ ਪਛਾਣੇ ਨਛੱਤਰ ਸਵਰਨ ਸਿੰਘ ਜਰਵਾਣੇ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਲਈ ਫਿਰਦੇ ਨੂੰ ਭਾਲ ਰਹੇ ਸੀ ਕਈ ਚਰਦੇ ਕਰੇਰਦਾਸ ਅੰਮ੍ਰਿਤਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਤੀ ਲੀਰਾਂ ਜਵਾਨਾ ਹਿੱਲੀ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਸਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਉਹ ਜੁਗਨੀ ਨੇ ਪੂਨੇ ਦਿੱਤਾ ਭਾਸ਼ਣ ਕਹਿੰਦੀ ਕੈਮ ਹੋ ਜੇ ਪ੍ਰਸ਼ਾਸਨ ਪਿੱਛੋਂ ਫੇਰ ਨਾ ਲੋਕੀ ਉਹ ਪਿੱਛੋਂ ਫੇਰ ਨਾ ਲੋਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਛਣੀ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਿੰਦੇ ਦੀ ਸੁਣ ਲੈ ਰਵੈਦਿਆ ਡਿੰਗੇ ਦੀ ਤੜਕੇ ਉੱਠ ਕੇ ਬੜੀ ਕਚਹਿਰੀ ਤੇ ਲਿਖਤੀ ਜੱਜ ਕੌਸ਼ਕ ਦੀ ਡੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਚੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਉਹ ਜੁਗਨੀ ਬੈਂਕ ਦੇ ਮੂਹਰੇ ਬੁੱਕੇ ਨਾ ਕਿਸੇ ਰੋਕਿਆ ਰੁਕੇ ਪੌਣੇ 6 ਕਰੋੜ ਸੀ ਲੁੱਟੇ ਪਰ ਬੋਰੀਆਂ ਲੋੜ ਸੀ ਚੁੱਕੇ ਬਈ ਜੁਗਨੀ ਨੇ ਮਾਰਿਆ ਜਾਦੂ ਆ ਹੁਣ ਨੋਟਾਂ ਵਿੱਚ ਵੀ ਵਾਧੂ ਆ ਭੱਜਦੀ ਜੰਝ ਸਾਰੀ ਗੱਲ ਸਹੀ ਅਤੇ ਕੁੱਟਿਆ ਤੇ ਦਾਰ ਸੰਧੂ ਗਵਈਆ ਤੇ ਨੂਰੀ ਤਰਲੇ ਪਾਉਂਦੀ ਰਹੀਆ ਓਏ ਵੀਰ ਮੇਰੇ ਆ ਜੁਗਨੀ ਖੇਲਦੀ ਆਏ ਠਾਣੇ ਚੂੜ ਬਘੇਲ ਦਿਆ ਜੁਗਨੀ ਮਰਦੀ ਨੀ ਹਰਿਆਣੇ ਪਾ ਕੇ ਕਈ ਤਰ੍ਹਾਂ ਦੇ ਬਾਣੇ ਲੱਭਦੀ ਭਜਨੇ ਦੇ ਟਕਾਣੇ ਇਹਦਾ ਸੁਰਿੰਦਰ ਸੋਢੀ ਜਾਣੇ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬੋਲ ਪਈ ਸਰ ਵੜਤਾ ਲਾਸ਼ ਰਹੀ ਕੋਲ ਪਈ ਜੁਗਨੀ ਧੌਣ ਚੁੱਕਣ ਦੀ ਕਿੱਲ ਮੋੜ ਦੋ ਪਾਣੀ ਵਾਲੇ ਬਿੱਲ ਗਈ ਰੂਹ ਸਿੰਡਰ ਦੀ ਉਦੋਂ ਹਿੱਲ ਰੋਕਦੀ ਜਦੋਂ ਐਸ ਵਾਈ ਅੱਲੇ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਰਵਾਣੇ ਦੀ ਪਾਈ ਚੰਨੇ ਤੇ ਬੱਬਰ ਜਟਾਣੇ ਦੀ ਉਹ ਜੁਗਨੀ ਜੰਮੀ ਠਤਰ ਵਸਾਖੀ ਦੀ ਇਹ ਜਾਮਣ ਕੌਮ ਦੀ ਰਾਖੀ ਦੀ ਨਿਗਰ ਰੱਖਦੀ ਵਰਦੀ ਖਾਕੀ ਦੀ ਰਹਿਣੀ ਕਸਰ ਵੀ ਕੱਢ ਦੂ ਬਾਕੀ ਦੀ ਵੀਰ ਮੇਰੇ ਆ ਜੁਗਨੀ ਯਾਰਾਂ ਦੀ ਡੋਡਾ ਵਾਲੇ
ਸਰਦਾਰਾਲੀ ਜੁਗਨੀ ਮੂੰਹ ਸੀ ਮਸਾਂ ਵਿਖਾਇਆ ਤੇ ਸਿਰਸੇ ਵਾਲੇ ਤੇ ਬੰਬ, ਸਿਰਸੇ ਵਾਲੇ ਤੇ ਬੰਬ ਲਾਇਆ ਨਾਲੇ ਰੁਲਦਾ ਵੀ ਭੜਕਾਇਆ, ਜਿਸਨੇ ਕੌਮ ਨੂੰ ਗਹਿਣੇ ਜਿਸਨੇ ਕੌਮ ਨੂੰ ਗਹਿਣੇ ਪਾਇਆ ਉਹ ਵੀਰ ਮੇਰਿਆ ਜੁਗਨੀ, ਵੀਰ ਮੇਰਿਆ ਜੁਗਨੀ ਸੰਗ ਦੀ ਪੀ ਐਚ ਡੀ ਤੇ ਬਾਬੇ ਨਿਹੰਗ ਦੀ ਜੁਗਨੀ ਇਟਲੀ ਵੱਲੋਂ ਆਈ ਨਾਲ ਕਨੇਡਾ ਦਾ ਇੱਕ ਬਾਈ ਰੌਣਕ ਚਰ ਪਿੱਛੋਂ ਸੀ, ਰੌਣਕ ਚਰ ਪਿੱਛੋਂ ਸੀ ਲਾਈ ਸ਼ਾਮਤ ਜਨਸੰਗੀਆਂ ਦੀ ਆਈ ਓ ਵੀਰ ਮੇਰਿਆ ਜੁਗਨੀ, ਵੀਰ ਮੇਰਿਆ ਜੁਗਨੀ ਜੇਰੇ ਦੀ ਨਵੇਂ ਗੱਭਰੂ ਬਗੇ ਸ਼ੇਰੇ ਦੀ ਕਰਦੀ ਰਹਿੰਦੀ ਨੇ ਤੂੰ ਸਾਡੇ ਤੇ ਪੂਰਾ ਤੇਰੇ ਨਾਲ ਹਿਸਾਬ ਕੋਈ ਕਰ ਜਾਊ, ਦਿੱਲੀਏ ਅਣਖ ਵੰਗਾਰ ਨਾ ਗੈਰਤ ਮੰਦਾ ਨੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਕੀਤਾ ਸਦਾ ਹੀ ਘਾਣ ਤੂੰ ਸਿੱਖ ਜਵਾਨੀ ਦਾ, ਕਰਵਾਇਆ ਅਹਿਸਾਸ ਨੀ ਧਰਤ ਬੇਗਾਨੀ ਦਾ, ਚਾਲਾਂ ਤੇਰੀਆਂ ਸ਼ੁਰੂ ਤੋਂ ਸਮਝੀ ਬੈਠੇ ਆ ਕਰ ਤਰਸ ਜਾਈ ਦਾ ਦਬਕੇ ਨਾਲ ਹੀ ਮਰ ਜਾਊ, ਦਿੱਲੀਏ ਅਣਖ ਵੰਗਾਰ ਨਾ ਗੈਰਤ ਮੰਦਾ ਨੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਖਤਮ ਕਰਨ ਦੀ ਲੱਗਿਆ ਜ਼ੋਰ ਪੰਜਾਬੀ ਨੂੰ, ਗਾਂ ਬਣ ਕੇ ਤੂੰ ਖਾਵੇਂ ਫੁੱਲ ਗੁਲਾਬੀ ਨੂੰ, ਜੋ ਖੂਨ ਚ ਰਚੀ ਗਦਾਰੀ ਮੁੱਢ ਕਦੀਮਾਂ ਤੋਂ ਇਹਨੂੰ ਕੱਢ ਕੇ ਹੱਥ ਦੀ ਤਲੀ ਦੇ ਉੱਤੇ ਧਰ ਜਾਊ, ਦਿੱਲੀਏ ਅਣਖ ਵੰਗਾਰ ਨਾ ਗੈਰਤ ਮੰਦਾ ਨੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਛੱਡ ਕੇ ਪੰਜਾਲੀ ਚੁੱਕ ਲਿਆ ਜੇ ਹਥਿਆਰਾਂ ਨੂੰ, ਛੱਡ ਕੇ ਪੰਜਾਲੀ ਚੁੱਕ ਲਿਆ ਜੇ ਹਥਿਆਰਾਂ ਨੂੰ, ਨਹੀਂ ਲੱਭਣੀ ਲੁਕਣ ਨੂੰ ਥਾਂ ਤੇਰੇ ਪਰਿਵਾਰਾਂ ਨੂੰ, ਗੁਰਮੁਖੋ ਕਿਸਾਨਾਂ ਦੀ ਹਾਲਤ ਤੁਸੀਂ ਵੇਖੀ ਯਾਰ, ਅੱਜ ਵੀ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਪਰ ਉਹਨਾਂ ਦੀ ਇੱਕ ਪ੍ਰੋਬਲਮ ਆ, ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੇ, ਪਤਾ ਨੀ ਖੋਰੇ ਕਿਉਂ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਸਿੱਖਾਂ ਤੋਂ ਬਿਨਾਂ ਹੈ ਹੀ ਕੀ, ਜੇਕਰ ਤੁਹਾਨੂੰ ਨਿਸ਼ਾਨ ਸਾਹਿਬਾਂ ਤੋਂ ਡਰ ਲੱਗਦਾ, ਕੇਸਰੀ ਦਸਤਾਰਾਂ ਤੋਂ ਡਰ ਲੱਗਦਾ ਏ, ਫੇਰ ਤੁਹਾਡਾ ਕੁਝ ਨੀ ਜੋ ਵੱਟਿਆ ਜਾਣਾ, ਜੇ ਬਾਬਾ ਬੰਦਾ ਸਿੰਘ ਬਹਾਦਰ ਸੋਚ ਕੇ ਦੇਖੋ, ਜੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਦਿੱਲੀ ਦਰਬਾਰ ਮੂਹਰੇ ਕਾਲੀਆਂ ਝੰਡੀਆਂ ਲੈ ਕੇ ਬਹਿ ਜਾਂਦਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਨੇ ਸ਼ਹੀਦ ਕਰਤਾ ਨੀਹਾਂ ਦੇ ਵਿੱਚ ਖੜਾ ਕੇ ਤੇ ਸਾਨੂੰ ਇਨਸਾਫ ਦਿਓ ਮਿਲਣਾ ਸੀ, ਨਹੀਂ ਮਿਲ ਸਕਦਾ ਸੀ, ਗੁਰਮੁਖੋ ਡਾਂਗ ਦੇ ਜ਼ੋਰ ਤੇ ਲਿਆ ਛਿੱਤਰ ਦੇ ਨਾਲ ਲਿਆ ਏ, ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ, ਸਿੱਖ ਕਿਸਾਨੀ ਦਾ ਹਮਦਰਦ ਆ, ਜੇ ਬਾਬਾ ਬੰਦਾ ਸਿੰਘ ਬਹਾਦਰ ਰਾਜ ਨਾ ਕਰਦੇ ਤੇ ਅਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਬਣ ਸਕਦੇ, ਤੇ ਆ ਜਿਹੜੀ ਐਸ ਵਾਈ ਐਲ ਨਹਿਰ ਰੋਕੀ ਆ ਨਾ, ਥੋੜੇ ਜਿਹੇ ਚਿਰ ਬਾਅਦ ਜਿਹਦਾ ਮੁੱਦਾ ਭਟਕ ਪੈਂਦਾ, ਇਹ ਵੀ ਸਿੱਖਾਂ ਦੇ ਲਾਏ ਹੋਏ ਬਾਨੇ ਆ, ਇਹ ਨੀ ਕਦੇ ਖੁੱਲ ਸਕਦੇ, ਉਹਨਾਂ ਨੇ ਤੁਹਾਡੇ ਲਈ ਰੋਕੀ ਆ, ਪੰਜਾਬ ਦੀ ਕਿਸਾਨੀ ਨੂੰ ਰੋਕਣ ਕਿਸਾਨੀ ਨੂੰ ਬਚਾਉਣ ਵਾਸਤੇ ਰੋਕੀ ਆ, ਹੋਰ ਅਸੀਂ ਕਿਹੜਾ ਨਹਾਉਣਾ ਸੀ ਉਸ ਨਹਿਰ ਦੇ ਪਾਣੀ ਨਾਲ, ਇਹ ਸਮਝਣਾ ਪਊਗਾ ਸਾਨੂੰ, ਛੱਡ ਕੇ ਪੰਜਾਲੀ ਚੁੱਕ ਲਿਆ ਜੇ ਹਥਿਆਰਾਂ ਨੂੰ, ਨਹੀਂ ਲੱਭਣੀ ਲੁਕਣ ਨੂੰ ਥਾਂ ਤੇਰੇ ਪਰਿਵਾਰਾਂ ਨੂੰ, ਇੱਥੇ ਬੜੇ ਜੇ ਆਉਂਦੇ ਫਿਰਦੇ ਭਾਈ ਬਘੇਲ ਜੇ ਤੇਰੇ ਲਾਲ ਕਿਲੇ ਤੇ ਲੈ ਕੋਈ ਝੰਡਾ ਚੜ ਜਾਊ, ਦਿੱਲੀ ਅਣਖ ਮੰਗਾਰ ਨਾ ਗੈਰਤ ਮੰਦਾ ਨੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਨਹੀਂ ਤੂੰ ਟਾਇਰ ਵੀ ਪਾ ਪਾ ਸਾੜੇ ਪਰ ਇਹ ਮੁੱਕਣੇ ਨਹੀਂ, ਜੋ ਬੂਟੇ ਲਾਏ ਅਕਾਲ ਪੁਰਖ ਨੇ ਸੁੱਕਣੇ ਨਹੀਂ, ਤੈਨੂੰ ਪਿਰਤਪਾਲ ਬਰਗਾੜੀ ਦਾ ਸਮਝਾਉਂਦਾ ਹੈ, ਲੈ ਸਮਝ ਪਿਆਰ ਨਾਲ, ਨਹੀਂ ਤਾਂ ਇਹ ਵੀ ਲੜ ਜਾਊ, ਦਿੱਲੀਏ ਅਣਖ ਵੰਗਾਰ ਨਾ ਗੈਰਤ ਮੰਦਾ ਦੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ, ਆਓ ਸਾਰੀ ਸੰਗਤ ਇੱਕ ਵਾਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਯਾਦ ਕਰਕੇ, ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਣਾ ਕਰੀਏ, ਸਾਰੀ ਸੰਗਤ ਪਿਆਰ ਦੇ ਨਾਲ ਜਪੋ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ। ਏ ਸੀਸ ਅਮਾਨਤ ਸਤਿਗੁਰ ਦੀ, ਸਤਿਗੁਰ ਦੇ ਲੇਖੇ ਲੱਗ ਜਾਵੇ। ਸੀਸ ਅਮਾਨਤ ਸਤਿਗੁਰ ਦੇ ਲੇਖੇ ਲੱਗ ਜਾਵੇ। ਏ ਸੀਸ ਅਮਾਨਤ ਸਤਿਗੁਰ ਦੀ, ਸਤਿਗੁਰ ਦੇ ਲੇਖੇ ਲੱਗ ਜਾਵੇ। ਸੀਸ ਅਮਾਨਤ ਸਤਿਗੁਰ ਦੀ, ਸਤਿਗੁਰ ਦੇ ਲੇਖੇ ਲੱਗ ਜਾਵੇ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਗੁਰਮੁਖੋ ਇਹਨਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ। ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ। ਕੌਮ ਉਸ ਨੂੰ ਕਦੇ ਨੀ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ। ਸਾਰੀ ਹੀ ਸੰਗਤ ਸੂ ਜਵਾਨਿਆਂ ਦੋਵੇਂ ਹੱਥ ਜੋੜ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਚਰਨਾਂ ਤੇ ਅਰਦਾਸ ਕਰਿਓ। ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ, ਆਪਣੇ ਲਈ ਨਹੀਂ ਤੇ ਸਾਡੇ ਗਰੀਬਣਿਆਂ ਲਈ ਜ਼ਰੂਰ ਕਰਿਓ ਕਿ ਸਾਡੇ ਜਿਹੜੇ ਆ ਤੂੜੀ ਦੇ ਭਰੇ ਸਹਿਰੇ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ, ਗੁਰੂ ਪੰਥ ਦੇ ਲੇਖੇ ਲੱਗ ਜਾਣ, ਹੋਈਆਂ ਭੁੱਲਾਂ ਦੀ ਖਿਮਾ। ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਲਾਈਵ ਵਾਲੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਸਾਊਂਡ ਵਾਲੇ ਵੀਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਬੁਲਾਓ ਫਤਿਹ ਤੇ ਪਾਓ ਫਤਿਹ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ